शशिकाल तुम देख रहे हो सांझा टीवी, मैं हाँ तुहाडे नाल अर्शदीप। COVID-19 करके बहुत कुछ उथल पुथल होया होया है। सारे लोगों को अपील की जा रही है कि घर के विच रहो, पर जे अज असी अज की गल करिए कैनेडा के हैल्थ ऑफिशियल ने जो डेटा सानू दिता वो हिसाब न 24,824 नवे केस जेडे है टोटल हो चुके हैं, 734 मौत हो चुकिया ने कैनेडा के विच। ते नाल नाल ए अंकड़ा जेड़ा वो जेड़ा डेटा है वो अपडेट होता जा रहा है। सो ये डेटा देखते हुए सानू लोड़ हैगी है सोशल डिस्टेंस नू मेनटेन रखन की, सानू लोड़ हैगी है एक दूजे तो पासे रहन की ताकि असी एक दूजे की लाइफ नू बचा सकीए। सो हुण असी BC विच रहिंदे हुए कोशिश कर रहे हैं कि तुहाडे तक जानकारी पहुंचाई जाए अलग अलग रीजन की, अलग अलग जिहड़े देश दे कोनियां चों जो रिपोर्ट्स आ रही ने उन्हां दी। सो अज फिर एक बार मेरे नाल साडे टोरंटो तो जर्नलिस्ट चमकौर सिंह माची के मेरे नाल ने। सो उन्हां तो जानकारी लैंदे हैं कि अज होर केड़ी इनफॉर्मेशन दे नाल ओह साडे नाल पहुंचे हुए ने। सो स्वागत करते हैं चमकौर सिंह माची के दा। सो चमकौर जी वेलकम। बहुत धन्यवाद अर्शदीप, सांझा टीवी देखने वाले सारे दर्शकों नूं सत श्री अकाल। बिल्कुल जी चमकौर जी, जिदा मैं दसिया कि हर मिनट दे उत्ते डेटा जिहड़ा अपडेट हुंदा जा रहा है COVID-19 करके, ते सानू लोड़ हैगी है घरां दे विच रहिण दी क्योंकि हुण लोंग वीकेंड हैगा आ, खालसा साजना दिवस हैगा आ। सो लोकां नू है कि असीं बाहर जाइए जां गुरुद्वारा साहिब मत्था टेकण जाइए, बहुत सारे गुरुद्वारा साहिब जिहड़े हैगे आ लॉक भी कर दित्ते गए ने, पर कई जगह दे उत्ते लोक अजे भी मत्था टेकण जा सकदे ने। सो इदां दीआं चीज़ां करके ए लोंग वीकेंड नू दे मद्देनज़र असीं जिहड़े बायलॉज दे जिहड़े कानून ਉਨੇ ਉਹ ਵੀ ਸਖਤ ਕਰ ਦਿੱਤੇ ਗਏ ਨੇ, ਟਿਕਟਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ। ਸੋ ਟੋਰਾਂਟੋ ਦੀ ਕੀ ਸਥਿਤੀ ਹੈ ਇਸ ਟਾਈਮ ਦੇ ਉੱਤੇ? ਅਰਸ਼ਦੀਪ, ਆਪਾਂ ਗੱਲਬਾਤ ਅੱਜ ਕਰਾਂਗੇ ਟੋਰਾਂਟੋ ਦੀ ਵੀ, ਪੂਰੇ ਅੰਟਾਰੀਓ ਦੀ ਵੀ। ਤੇ ਪਹਿਲਾਂ ਮੈਂ ਤੁਹਾਨੂੰ ਜਿਹੜਾ ਸਾਡਾ ਜਿਹੜਾ ਪੀਲ ਰੀਜਨ ਆ ਜਿਹਦੇ ਵਿੱਚ ਮਿਸੀਸਾਗਾ, ਬ੍ਰੈਂਪਟਨ ਤੇ ਕੈਲੇਡਨ ਆਉਂਦਾ, ਉਹਦੀ ਮੈਂ ਤੁਹਾਨੂੰ ਅਪਡੇਟ ਦੇ ਦੇਵਾਂ। ਟੋਟਲ ਜਿਹੜੇ ਕੇਸਿਸ ਹੈਗੇ ਨੇ 1,001 ਅੱਜ ਦੀ ਜਿਹੜੀ ਕਾਊਂਟਿੰਗ ਸੀਗੀ ਉਹਦੇ ਵਿੱਚ ਹੋ ਚੁੱਕੇ ਨੇ ਤਿੰਨਾਂ ਸਿਟੀਆਂ ਦੇ ਵਿੱਚੋਂ, ਜਾਣੀ ਕਿ ਪੀਲ ਰੀਜਨ ਦੇ ਵਿੱਚੋਂ, ਜਿਹਦੇ ਚੋਂ 527 ਕੇਸ ਮਿਸੀਸਾਗਾ ਦੇ ਨੇ ਔਰ 427 ਕੇਸ ਬ੍ਰੈਂਪਟਨ ਦੇ ਨੇ, ਤੇ ਜਿਹੜੀਆਂ ਡੈਥ ਹੋ ਚੁੱਕੀਆਂ ਨੇ ਉਹ ਟੋਟਲ 18 ਹੋ ਚੁੱਕੀਆਂ ਨੇ। ਤੇ ਇਹਦੇ 'ਚ ਇਹ ਹੈਗਾ ਕਿ ਜਿਹੜੇ 574 ਕੇਸ ਨੇ ਉਹ 35 ਸਾਲ ਤੋਂ ਲੈ ਕੇ 64 ਸਾਲ ਦੀ ਏਜ ਤੱਕ ਦੇ ਹੈਗੇ ਨੇ। ਤੇ ਜਿਹੜੀ ਪੂਰੀ ਜਿਹੜੀ ਜਾਣਕਾਰੀ ਹੈਗੀ ਟੋਰਾਂਟੋ ਦੀ ਤੇ ਅੰਟਾਰੀਓ ਦੀ, ਤੇ ਮੇਰੇ ਨਾਲ ਅੱਜ ਲਾਈਨ ਤੇ ਇੱਥੋਂ ਟੋਰਾਂਟੋ ਤੋਂ ਸਾਡੇ ਜਰਨਲਿਸਟ ਜਗਦੀਸ਼ ਗਰੇਵਾਲ ਜੀ ਵੀ ਜੁੜੇ ਹੋਏ ਨੇ, ਉਹਨਾਂ ਦਾ ਸਵਾਗਤ ਕਰ ਲਈਏ। ਉਹਨਾਂ ਤੋਂ ਆਪਾਂ ਕਾਫੀ ਜਾਣਕਾਰੀ ਲਵਾਂਗੇ ਟੋਰਾਂਟੋ ਦੀ ਤੇ ਅੰਟਾਰੀਓ ਦੀ। ਜਗਦੀਸ਼ ਜੀ, ਸਵਾਗਤ ਹੈ ਤੁਹਾਡਾ ਸਾਂਝਾ ਟੀਵੀ ਤੇ। ਥੈਂਕ ਯੂ ਸੋ ਮੱਚ, ਧੰਨਵਾਦ ਅਰਸ਼ੀ ਤੇ ਚਮਕੌਰ ਜੀ, ਤੇ ਨਾਲ ਦੀ ਨਾਲ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿੱਥੇ ਅੱਜ ਅਸੀਂ ਆਪਾਂ ਇੱਥੇ COVID-19 ਦੇ ਬਾਰੇ 'ਚ ਗੱਲਬਾਤ ਕਰਨ ਦੇ ਲਈ ਬੈਠੇ ਹਾਂ, ਥੋੜ੍ਹਾ ਜਿਹਾ ਇੱਥੋਂ ਦੇ ਟੋਰਾਂਟੋ ਅਪੀਲ ਰੀਜਨ ਦਾ ਸੂਰਤੇ ਹਾਲ ਆਪਣੇ ਸਾਰੇ ਸੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝਾ ਕਰਨ ਲੱਗਿਆਂ, ਉਸ ਦੇ ਨਾਲ ਨਾਲ ਗੱਲਬਾਤ ਅੱਗੇ ਤੋਰਨ ਤੋਂ ਪਹਿਲਾਂ ਮੈਂ ਅੱਜ ਸਭ ਨੂੰ ਖਾਲਸਾ ਸਾਜਨਾ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਦੇਵਾਂਗਾ। ਸੋ ਹੈਪੀ ਵਿਸਾਖੀ ਸਾਰਿਆਂ ਨੂੰ। ਬਿਲਕੁਲ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦੀਆਂ, ਤੇ ਜਿੰਨੇ ਵੀ ਸਾਂਝਾ ਟੀਵੀ ਦੇਖ ਰਹੇ ਸਾਡੇ ਦਰਸ਼ਕ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਜਗਦੀਸ਼ ਜੀ, ਆਪਾਂ ਆਪਣੇ ਨਾਲ ਵੈਨਕੂਵਰ ਤੋਂ ਅਰਸ਼ ਜੀ ਜੁੜੇ ਹੋਏ ਨੇ, ਆਪਾਂ ਇਹਨਾਂ ਤੋਂ ਵੀ ਜਾਣਕਾਰੀ ਲੈਣੀ ਆ BC ਦੇ ਵਿੱਚ ਕੀ ਚੱਲ ਰਿਹਾ, ਗੌਰਮੈਂਟ ਕੀ ਕਰ ਰਹੀ ਆ, ਲੋਕਾਂ ਦਾ ਜਨ ਜੀਵਨ ਕਿਵੇਂ ਆ, ਤੇ ਆਪਾਂ ਇਹਨਾਂ ਨੂੰ ਜਾਣਕਾਰੀ ਦੇਣੀ ਆ ਸਾਡੇ ਟੋਰਾਂਟੋ ਦੀ, ਅੰਟਾਰੀਓ ਦੀ। ਸੋ ਓਵਰਆਲ ਕਿੱਦਾਂ ਜਨ ਜੀਵਨ ਹੈਗਾ ਗਾ ਅੰਟਾਰੀਓ ਦਾ ਜਾਂ ਟੋਰਾਂਟੋ ਦਾ? ਗੱਲ ਦੇਖੋ, ਅੱਜ ਇੱਥੋਂ ਦੇ ਪ੍ਰੀਮੀਅਰ ਡਲ ਫੋਨ ਨੇ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਉਹ ਇੱਥੇ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹਨੂੰ 14 ਦਿਨ ਹੋਰ ਵਧਾਉਣਗੇ। ਸੋ ਟੋਟਲ 28 ਡੇਜ਼ ਦੀ ਐਮਰਜੈਂਸੀ ਹੋ ਜਾਏਗੀ। ਸੋ ਐਂਡ ਆਫ ਦ ਅਪ੍ਰੈਲ ਤੱਕ ਜਿਹੜੀ ਇਹ ਐਮਰਜੈਂਸੀ ਚੱਲੇਗੀ। ਸੋ ਐਮਰਜੈਂਸੀ ਦੇ ਸ਼ੁਰੂ ਦੇ ਵਿੱਚ ਲੋਕਾਂ ਨੇ ਇਹਨੂੰ ਬਹੁਤ ਲਾਈਟਲੀ ਲਿਆ ਸੀਗਾ, ਜਿਹੜੀਆਂ ਵੀ ਐਮਰਜੈਂਸੀ ਦੀਆਂ ਸ਼ਰਤਾਂ ਦੱਸੀਆਂ ਗਈਆਂ ਸੀਗੀਆਂ, ਕੰਡੀਸ਼ਨਾਂ ਲਾਈਆਂ ਗਈਆਂ ਸੀ, ਆਹਾ ਕੰਮ ਆ ਜਿਹੜੇ ਉਹ ਨਹੀਂ ਕਰਨਗੇ, ਜਿਸ ਤਰ੍ਹਾਂ ਅਸੈਂਸ਼ੀਅਲ ਸਰਵਿਸਿਜ਼ ਨੇ ਜਿਹੜੀਆਂ ਉਹੀ ਖੁੱਲੀਆਂ ਰਹਿਣੀਆਂ, ਨੋਨ ਅਸੈਂਸ਼ੀਅਲ ਸਰਵਿਸਿਜ਼ ਦਾ ਜਿਹੜੀਆਂ ਤੁਹਾਨੂੰ ਸਭ ਨੂੰ ਬੰਦ ਕਰਨੀਆਂ ਪੈਣੀਆਂ ਨੇ। ਕਾਫੀ ਸਮਾਂ ਲੱਗਿਆ, 1 ਹਫ਼ਤੇ ਤੋਂ ਉੱਤੇ ਲੋਕਾਂ ਨੂੰ ਪਤਾ ਲੱਗਿਆ ਕਿ ਜਿਹੜੀ ਸਾਡੀ ਸਰਵਿਸ ਆ ਉਹ ਅਸੈਂਸ਼ੀਅਲ ਦੇ ਵਿੱਚ ਆਉਂਦੀ ਹੈ ਜਾਂ ਨੋਨ ਅਸੈਂਸ਼ੀਅਲ ਦੇ ਵਿੱਚ ਆਉਂਦੀ ਹੈ। ਸੋ ਇਸ ਨੂੰ ਲੈ ਕੇ ਕਾਫੀ ਚਰਚਾ ਚੱਲਦੀ ਰਹੀ, ਤੇ ਫਿਰ 1 ਹਫ਼ਤੇ ਬਾਅਦ ਜਿਹੜੀ ਕੰਸਟਰਕਸ਼ਨ ਹੈ ਜਿਸ ਨੂੰ ਇਹ ਅਸੈਂਸ਼ੀਅਲ ਸਰਵਿਸ ਦੇ ਵਿੱਚ ਕੀਤਾ ਗਿਆ ਸੀਗਾ, ਤੇ ਕੰਸਟਰਕਸ਼ਨ ਦੇ ਵੀ ਤੁਹਾਨੂੰ ਪਤਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਏ ਤੋਂ ਲੈ ਕੇ ਪੂਰੇ ਅੰਟਾਰੀਓ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਚੱਲਦੇ ਨੇ, ਉਹਦੇ ਨਾਲ ਬੜੀ ਵੱਡੀ ਇੰਡਸਟਰੀ ਇੱਕ ਰਿਲੇਟਡ ਆ ਉਹਦੇ ਨਾਲ ਕੰਮ ਕਰਦੀ ਹੈ। ਫਿਰ 1 ਹਫ਼ਤੇ ਬਾਅਦ ਕੰਸਟਰਕਸ਼ਨ ਨੂੰ ਵੀ ਜਿਹੜਾ ਉਹ ਨੋਨ ਅਸੈਂਸ਼ੀਅਲ ਦੇ ਵਿੱਚ ਪਾ ਦਿੱਤਾ ਗਿਆ ਸੀਗਾ, ਸਿਰਫ ਜਿਹੜੀ ਕੋਈ ਹੋਸਪਿਟਲ ਬਣ ਰਿਹਾ ਜਾਂ ਕੋਈ ਬ੍ਰਿਜ ਬਣ ਰਿਹਾ ਜਾਂ ਕੋਈ ਹੋਰ ਇੱਦਾਂ ਐਮਰਜੈਂਸੀ ਕੰਮ ਹੈ, ਸਿਰਫ ਉਹੀ ਰੱਖਿਆ ਉਹਨਾਂ ਨੇ, ਉਹਦੇ ਵਿੱਚ ਉਹਨੂੰ ਵੀ ਨੋਨ ਅਸੈਂਸ਼ੀਅਲ ਦੇ ਵਿੱਚ ਪਾ ਦਿੱਤਾ। ਤੇ ਫਿਰ ਇਸ ਵੀਕਐਂਡ ਦੇ ਉੱਤੇ ਖਾਸ ਤੌਰ ਦੇ ਉੱਤੇ, ਕਿਉਂਕਿ ਈਸਟਰ ਸੰਡੇ ਸੀਗਾ, ਈਸਟਰ ਦਾ ਲੌਂਗ ਵੀਕਐਂਡ ਸੀਗਾ ਇਹ, ਈਸਟਰ ਫਰਾਈਡੇ ਸੰਡੇ ਮੰਡੇ
ਇਹ ਸਾਰੇ ਦਿਨ ਨੂੰ ਜਿਹੜਾ ਸੈਟਰਡੇ ਇਹ ਸਾਰੇ ਦਿਨ ਲੈ ਕੇ ਵੱਡੇ ਸਟੋਰ ਵੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਸੀਗੇ। ਸੋ ਇਹਨੂੰ ਲੈ ਕੇ ਜਿਹੜਾ ਇੱਥੇ ਸ਼ਨਿਚਰਵਾਰ ਨੂੰ ਤੁਸੀਂ ਦੇਖਿਆ ਲੋਕਾਂ ਨੇ ਇਸ ਚੀਜ਼ ਨੂੰ ਕਾਫੀ ਅਸੈਪਟ ਕੀਤਾ, ਫਰਾਈਡੇ ਕਾਫੀ ਲੋਕਾਂ ਨੇ ਇਸ ਚੀਜ਼ ਨੂੰ ਅਸੈਪਟ ਕੀਤਾ ਕਿ ਬਹੁਤ ਘੱਟ ਲੋਕ ਜਿਹੜੇ ਉਹ ਘਰਾਂ ਤੋਂ ਨਿਕਲੇ ਨੇ। ਸੋ ਪਰ ਇਹ ਉਦੋਂ ਲੋਕ ਘਰਾਂ ਚੋਂ ਨਿਕਲਣੇ ਹਟੇ ਨੇ ਜਦੋਂ ਬਾਇਲਾਜ ਨੇ ਜਿਹੜੇ ਬਣਾਏ ਗਏ, ਜਿਵੇਂ ਹੁਣ ਬਰੈਂਪਟਨ ਦੀ ਗੱਲ ਕਰੀਏ, ਜੇ ਤੁਸੀਂ ਪਾਰਕ ਦੇ ਵਿੱਚ ਜਾਂਦੇ ਹੋ 5 ਤੋਂ ਵੱਧ ਇਕੱਠੇ ਹੋ ਜਾਂਦੇ ਹੋ ਤੁਹਾਨੂੰ $500 ਤੋਂ ਲੈ ਕੇ $1,00,000 ਤੱਕ ਦਾ ਜੁਰਮਾਨਾ ਹੈ। ਟੋਰਾਂਟੋ ਜਾਂਦੇ ਹੋ ਤੁਹਾਨੂੰ 750 ਦੀ ਟਿਕਟ ਮਿਲ ਜਾਂਦੀ ਹੈ। ਇਸੇ ਤਰ੍ਹਾਂ ਹੀ ਮਿਸਾਗਾ ਅਤੇ ਹੋਰਾਂ ਸ਼ਹਿਰਾਂ ਦੇ ਵਿੱਚ ਵੀ ਇਹ ਜਿਹੜੀਆਂ ਟਿਕਟਾਂ ਜਦੋਂ ਮਿਲਣੀਆਂ ਸ਼ੁਰੂ ਹੋਈਆਂ ਉਦੋਂ ਲੋਕਾਂ ਨੇ ਹਾਲ ਦੁਹਾਈ ਪਾਈ ਕਿ ਅਸੀਂ ਤਾਂ ਪਾਰਕ ਦੇ ਵਿੱਚ ਖੜੇ ਸੀਗੇ ਅਤੇ ਸਾਨੂੰ ਟਿਕਟਾਂ ਦੇ ਗਏ। ਜਾਂ ਫਿਰ ਜਿਹੜੇ ਲੋਕ ਕੁਝ ਕਾਰਾਂ ਇਸ ਤਰ੍ਹਾਂ ਵੀ ਪੁਲਿਸ ਨੇ ਇੱਥੇ ਰੋਕੀਆਂ ਨੇ ਜਿਹਦੇ ਕਰਕੇ ਕੋਈ ਘਰੋਂ ਨਿਕਲਿਆ ਕੰਮ 'ਤੇ ਜਾਣ ਦੇ ਲਈ, ਅਤੇ ਉਹ ਜਿਹੜੇ ਕੰਮ 'ਤੇ ਜਾ ਰਿਹਾ ਉਹ ਨੌਨ ਅਸੈਂਸ਼ੀਅਲ ਹੈ, ਕੋਈ ਜ਼ਰੂਰੀ ਨਹੀਂ ਹੈਗਾ, ਉਹਨਾਂ ਨੂੰ ਵੀ ਜਦੋਂ ਟਿਕਟਾਂ ਮਿਲਣੀਆਂ ਸ਼ੁਰੂ ਹੋਈਆਂ ਉਦੋਂ ਵੀ ਲੋਕ ਆ ਜਿਹੜੇ ਘਰੋਂ ਨਿਕਲਣੇ ਫਿਰ ਘਟੇ ਕਿ ਥੋੜ੍ਹਾ ਜਿਹਾ ਡਿਫਰੈਂਸ਼ੀਏਟ ਕੀਤਾ ਅਸੈਂਸ਼ੀਅਲ ਅਤੇ ਨੌਨ ਅਸੈਂਸ਼ੀਅਲ ਸਰਵਿਸ। ਅਤੇ ਫਿਰ ਜਦੋਂ ਆ ਜਿਹੜੇ $2,000 ਮਿਲਣ ਦੀ ਗੱਲ ਆ ਗਈ, ਇਹਨੇ ਵੀ ਕਾਫੀ ਲੋਕ ਘਰੇ ਬਿਠਾ ਦਿੱਤੇ, ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਬਹੁਤ ਈਜ਼ੀ ਆ ਅਪਲਾਈ ਕਰਨਾ, ਆਪਣਾ CRA ਦੇ ਅਕਾਊਂਟ 'ਤੇ ਜਾ ਕੇ ਮਾਈ ਅਕਾਊਂਟ 'ਚ ਜਾ ਕੇ ਅਤੇ ਉੱਥੇ ਅਪਲਾਈ ਕਰ ਦਿਓ ਅਤੇ ਤੁਹਾਨੂੰ ਆਰਾਮ ਨਾਲ ਡਾਲਰ ਘਰੇ ਬੈਂਕ ਦੇ ਵਿੱਚ ਆ ਜਾਂਦੇ ਆ। ਸੋ ਜਿਹੜੇ ਖਾਸ ਤੌਰ ਦੇ ਉੱਤੇ ਲੋਕ ਮਿਨੀਮਮ ਵੇਜਿਸ ਦੇ ਉੱਤੇ ਕੰਮ ਕਰਦੇ ਸਨ ਉਹਨਾਂ ਨੇ ਵੀ ਫਿਰ ਘਰੇ ਬੈਠਣ ਨੂੰ ਤਰਜੀਹ ਦਿੱਤੀ ਹੈ। ਸੋ ਇਸ ਸਮੇਂ ਜੇਕਰ ਅਸੀਂ ਆ ਕੱਲ੍ਹ ਅਤੇ ਅੱਜ ਦੇਖਦੇ ਹਾਂ, 2 ਦਿਨ ਦਾ ਦੇਖਦੇ ਹਾਂ ਸੜਕਾਂ ਦੇ ਉੱਤੇ ਰਸ਼, ਸੈਟਰਡੇ ਤੋਂ ਲੈ ਕੇ ਫਰਾਈਡੇ ਸੈਟਰਡੇ ਸੰਡੇ ਮੰਡੇ ਅੱਜ ਤੱਕ ਦਾ ਜਿਹੜਾ ਰਸ਼ ਦੇਖਦੇ ਹਾਂ ਤਾਂ ਸੜਕਾਂ ਦੇ ਉੱਤੇ ਅੱਜ ਆਮ ਨਾਲੋਂ ਕਾਫੀ ਘੱਟ ਰਸ਼ ਹੈ। ਵੈਸੇ ਜੇ ਅਸੀਂ ਓਵਰਆਲ ਗੱਲ ਕਰੀਏ ਜਿੰਨਾ ਰੈਗੂਲਰ ਇੱਥੇ ਰਸ਼ ਹੁੰਦਾ ਸੜਕਾਂ ਦੇ ਉੱਤੇ, ਜੈਮ ਲੱਗਿਆ ਹੁੰਦਾ ਹਰੇਕ ਸੜਕ ਦੇ ਉੱਤੇ, ਉਹ ਹੁਣ ਕਾਫੀ ਘੱਟ ਆ, ਬਹੁਤ ਘੱਟ ਲੋਕ ਨਜ਼ਰ ਆਉਂਦੇ ਆ। ਪਰ ਇਹ ਲੌਂਗ ਵੀਕਐਂਡ ਦੇ ਉੱਤੇ ਤਾਂ ਬਹੁਤ ਥੋੜੇ ਲੋਕ ਨਜ਼ਰ ਆਏ, ਦੂਰ ਦੂਰ ਜਾ ਕੇ ਕਾਰ ਕੋਈ ਨਜ਼ਰ ਆਉਂਦੀ ਸੀ। ਪਲੱਸ ਜਿਹੜੇ ਵੱਡੇ ਮਾਲ ਨੇ ਉਹ ਵੀ ਬੰਦ ਸੀਗੇ ਅਤੇ ਜਿਹੜੇ ਛੋਟੇ ਗਰੋਸਰੀ ਸਟੋਰ ਨੇ ਅਤੇ ਗਰੋਸਰੀ ਸਟੋਰ ਖੁੱਲ੍ਹੇ ਸੀਗੇ। ਹੁਣ ਗਰੋਸਰੀ ਸਟੋਰਾਂ ਦੇ ਵਿੱਚ ਵੀ ਇੱਕ ਵੱਡੀ ਸਮੱਸਿਆ ਇਹ ਆ ਗਈ ਕਿ ਕਈ ਤਾਂ ਜਿਹੜੇ ਇੰਸਪੈਕਟਰ ਨੇ ਸ਼ਹਿਰਾਂ ਦੇ ਉਹਨਾਂ ਨੂੰ ਵੀ ਪੂਰੇ ਬਾਇਲਾਅ ਚੰਗੀ ਤਰ੍ਹਾਂ ਸਮਝ ਨਹੀਂ ਗਏ। ਹੁਣ ਇੱਕ ਗਰੋਸਰੀ ਸਟੋਰ ਦੇ ਵਿੱਚ ਇੰਸਪੈਕਟਰਾਂ ਨੇ ਫੋਰਸ ਕੀਤਾ ਕਿ 5 ਬੰਦੇ ਹੀ ਤੁਸੀਂ ਅੰਦਰ ਜਾ ਸਕਦੇ ਹੋ ਸ਼ਾਪਿੰਗ ਕਰਨ ਲਈ। ਕਿਸੇ ਦਾ 8, 10, 15, 20 ਹਜ਼ਾਰ ਸਕੁਏਅਰ ਫੁੱਟ ਦਾ ਸਟੋਰ ਹੈ ਗਰੋਸਰੀ ਦਾ, ਵਿੱਚ 10 ਇੰਪਲਾਈ ਕੰਮ ਕਰ ਰਹੇ ਨੇ, 15 ਇੰਪਲਾਈ ਕੰਮ ਕਰਦੇ ਨੇ, ਉਹ ਕਿੱਦਾਂ ਅਫੋਰਡ ਕਰੇਗਾ ਉਸ ਨੂੰ ਖੋਲ੍ਹਣਾ ਲੋਕਾਂ ਦੇ ਲਈ? ਅਤੇ ਉਹਦੇ ਲਈ ਫਿਰ ਜਿਹੜੇ ਬਾਇਲਾਜ਼ ਨੇ ਐਕਚੁਅਲੀ ਉਹ ਇਹ ਹੈ ਕਿ 1,000 ਸਕੁਏਅਰ ਫੁੱਟ ਦੇ ਵਿੱਚ 5 ਬੰਦੇ ਉਹ ਜਾ ਸਕਦੇ ਨੇ। ਜੇ 1,000 ਸਕੁਏਅਰ ਫੁੱਟ ਦਾ ਤੁਹਾਡਾ ਸਟੋਰ ਆ, ਲੈਟਸ ਸੇ 5,000 ਦਾ, ਤਾਂ ਫਿਰ 25 ਅੰਦਰ ਉੱਤੇ ਸ਼ੋਪਿੰਗ ਆ ਜਿਹੜੀ ਕਰ ਸਕਦੇ ਨੇ। ਸੋ ਕੱਲ੍ਹ ਇਸ ਮੁੱਦੇ ਦੇ ਉੱਤੇ ਸਾਡੀ ਕਾਫੀ ਸਿਟੀ ਦੇ ਇੰਸਪੈਕਟਰਾਂ ਨਾਲ ਵੀ ਅਤੇ ਸਿਟੀ ਦੇ ਜਿਹੜੇ ਹੋਰ ਇੰਪਲਾਈ ਉਹਨਾਂ ਨਾਲ ਵੀ ਗੱਲ ਹੁੰਦੀ ਰਹੀ ਕਿ ਬਈ ਜਿਹੜੇ ਖੁਦ ਸਾਨੂੰ ਜਿਹੜੀਆਂ ਉਹਨਾਂ ਨੂੰ ਬਾਇਲਾਅ ਕੱਢ ਕੇ ਜਿਹੜੇ ਨਵੇਂ ਉਹਨਾਂ ਨੇ ਰੈਗੂਲੇਸ਼ਨ ਪਾਸ ਕੀਤੇ ਨੇ, ਮੋਸ਼ਨ ਲੈ ਕੇ ਆਉਂਦੇ ਨੇ, ਉਹਨਾਂ ਦੀਆਂ ਕਾਪੀਆਂ ਦੇਣੀਆਂ ਪਈਆਂ ਇੰਸਪੈਕਟਰਾਂ ਨੂੰ ਵੀ, ਆਹ ਤੁਹਾਡੀ ਕਾਪੀ ਹੈ ਕਿ 1,000 ਸਕੁਏਅਰ ਫੁੱਟ ਦੇ ਵਿੱਚ ਤੁਸੀਂ 5 ਅਲਾਓ ਕੀਤੇ, ਨਾ ਕਿ ਪੂਰੇ ਵੱਡੇ ਸਟੋਰ 'ਚ 5 ਅਲਾਓ ਕੀਤੇ ਆ। ਸੋ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਗਰੋਸਰੀ ਦੇ ਲਈ ਲੋਕਾਂ ਦੀਆਂ ਲੱਗੀਆਂ ਦੇਖੀਆਂ ਗਈਆਂ ਵੀਕਐਂਡ ਦੇ ਉੱਤੇ, ਉਹ ਵੀ 6-6 ਫੁੱਟ ਦਾ ਫਾਸਲਾ ਬਣਾ ਕੇ ਲੋਕ ਖੜਦੇ ਸਨ, ਇੱਕ ਦੂਜੇ ਤੋਂ ਦੂਰ ਖੜਦੇ ਸਨ, ਔਰ ਕਈ ਥਾਵਾਂ 'ਤੇ ਇਹ ਬਾਵਜੂਦ ਇਸ 'ਤੇ ਵਾਰਨਿੰਗ ਦੇਣ ਦੇ ਵੀ ਕਿ ਤੁਸੀਂ ਸਿਰਫ 1 ਜਣਾ ਹੀ ਜਾਓ ਅਤੇ ਗਰੋਸਰੀ ਕਰ ਲਿਓ, ਫਿਰ ਵੀ ਹਸਬੈਂਡ ਵਾਈਫ ਜਾਂ 2-2 ਜਣੇ ਜਿਹੜੇ ਗਰੋਸਰੀ ਕਰਨ ਉਹ ਘਰੋਂ ਨਿਕਲੇ ਹੋਏ ਸੀਗੇ। ਕੁੱਲ ਮਿਲਾ ਕੇ ਮੈਂ ਕਹਾਂਗਾ ਕਿ ਹਾਲੇ ਵੀ ਲੋਕ ਇਸ ਚੀਜ਼ ਨੂੰ ਬਹੁਤ ਲਾਈਟਲੀ ਲੈ ਰਹੇ ਨੇ, ਜਿੰਨਾ ਇਸ ਦਾ ਪ੍ਰਕੋਪ ਦੱਸਿਆ ਜਾ ਰਿਹਾ ਜੋ ਵੀ ਕੁਛ ਸਾਡੇ ਸਾਹਮਣੇ ਆ ਰਿਹਾ ਲਗਾਤਾਰ। ਔਰ ਖਾਸ ਤੌਰ ਦੇ ਉੱਤੇ ਜਿਸ ਹੁਣ ਪਿਛਲੇ ਹਫ਼ਤੇ ਚਮਕੌਰ ਜੀ ਇੱਥੇ ਆਪਣੇ ਏਅਰਪੋਰਟ ਦੇ ਉੱਤੇ ਜਿਹੜੇ ਲਿਮੋ ਡਰਾਈਵਰਸ ਨੇ, ਜਦੋਂ ਉਹਨਾਂ ਦੇ ਵਿੱਚ ਇਹ ਮਹਾਂਮਾਰੀ ਫੈਲਣ ਦਾ ਇਹਦੀਆਂ ਖ਼ਬਰਾਂ ਆਈਆਂ, ਲੋਕਾਂ ਦੀ ਮੌਤ ਹੋਈ ਦੱਸੀ ਗਈ ਆ ਔਰ ਕੁਝ ਲੋਕ ਹਸਪਿਟਲਾਈਜ਼ ਨੇ, ਤੇ ਫਿਰ ਜਾ ਕੇ ਟੈਕਸੀ ਇੰਡਸਟਰੀ ਵਾਲਿਆਂ ਨੇ ਵੀ ਆਪਣੀਆਂ ਟੈਕਸੀਆਂ ਨੇ ਜਿਹੜੀਆਂ ਉਹ ਖੜੀਆਂ ਕਰਨੀਆਂ ਸ਼ੁਰੂ ਕੀਤੀਆਂ। ਸੋ ਇਸ ਤਰ੍ਹਾਂ ਦਾ ਕੁੱਲ ਮਿਲਾ ਕੇ ਸਹਿਮ ਇੱਕ ਪਾਸੇ, ਹੁਣ ਤੱਕ ਲੋਕਾਂ ਨੂੰ ਇਹ ਸਾਰੀ ਅਵੇਅਰਨੈਸ ਕ੍ਰੀਏਟ ਹੋਈ ਹੈ ਵੀ ਅਸੀਂ ਆਪਣੇ ਆਪ ਤੋਂ ਬਚਣਾ ਕੀਤਾ ਆ, ਦੂਜੇ ਪਾਸੇ ਜਿਹੜੇ 14 ਦਿਨ ਤੋਂ ਹੁਣ ਤੱਕ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਵਿੱਚ ਇਹ ਗੱਲ ਚੱਲ ਪਈ ਯਾਰ ਹੁਣ ਅਸੀਂ ਘਰਾਂ ਤੋਂ ਬਾਹਰ ਕਿੱਦਾਂ ਨਿਕਲਣਾ ਆ। ਸੋ ਕੁੱਲ ਮਿਲਾ ਕੇ ਇੱਕ ਸਹਿਮ ਫੈਲਿਆ ਹੋਇਆ ਚਾਰੇ ਪਾਸੇ। ਮੇਰੇ ਖਿਆਲ ਦੇ ਵਿੱਚ ਜਗਦੀਸ਼ ਜੀ, ਅਸੀਂ ਇੱਦਾਂ ਦੀ ਸਿਚੁਏਸ਼ਨ ਦਾ ਜਿਹੜਾ ਸਾਹਮਣਾ ਪਹਿਲੀ ਵਾਰ ਕਰ ਰਹੇ ਹਾਂ, ਤਾਂ ਕਰਕੇ ਲੋਕਾਂ ਨੂੰ ਨਾ ਬੜਾ ਭੰਬਲ ਭੂਸਾ ਹੀ ਪਿਆ ਰਿਹਾ। ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਪਹਿਲਾਂ ਤਾਂ ਲੋਕਾਂ ਨੂੰ ਇਹੀ ਨਹੀਂ ਸੀ ਪਤਾ ਵੀ ਸਿਵਲ ਸਰਵਿਸ ਦੇ ਵਿੱਚ ਕਿਹੜੇ ਕਿਹੜੇ ਕੰਮ ਆਉਂਦੇ ਹੈਗੇ ਆ, ਕਿਹੜੇ ਨਹੀਂ, ਹਾਲਾਂਕਿ ਉਹਨਾਂ ਨੇ ਗੌਰਮੈਂਟ ਨੇ ਆਪਣੀ ਵੈਬਸਾਈਟ ਦੇ ਉੱਪਰ ਸਾਰਾ ਪਾਤਾ ਸੀਗਾ, ਪਰ ਤੁਹਾਨੂੰ ਪਤਾ ਕਿ ਆਪਣੇ ਲੋਕ ਕਿੰਨਾ ਕੁ ਆਨਲਾਈਨ ਜਾ ਕੇ ਚੈੱਕ ਕਰਦੇ ਆ।
ਉਹਨਾਂ ਨੇ ਤਾਂ ਜਾਂ ਤਾਂ ਰੇਡੀਓ ਤੋਂ ਸੁਣਨਾ ਜਾਂ ਟੀਵੀ ਤੋਂ ਸੁਣਨਾ ਜਾਂ ਨਿਊਜ਼ ਪੇਪਰ ਪੜ੍ਹਨਾ ਹੁੰਦਾ ਕਦੇ, ਉਹਨਾਂ ਦੇ ਵਿੱਚ ਅਸੀਂ ਪੂਰੀਆਂ ਲਿਸਟਾਂ ਕਈ ਵਾਰੀ ਉਹ ਨਹੀਂ ਉਹ ਦੁਹਰਾ ਸਕਦੇ। ਸੋ ਇਦਾਂ ਦੀ ਸਿਚੁਏਸ਼ਨ ਗੌਰਮੈਂਟ ਦੇ ਵਿਹਾਫ ਦੇ ਉੱਤੇ ਸਮੱਸਿਆ ਇਹ ਹੈ ਕਿ ਵੱਡੇ ਗਵਰਨਮੈਂਟਸ ਨੇ ਐਡ ਫੰਡਸ ਜਾਰੀ ਕੀਤੇ ਕਿ ਵੀ ਮੀਡੀਆ ਸਾਡੀ ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਵੇ, ਪਰ ਗਰਾਊਂਡ ਰਿਐਲਿਟੀ ਇਹ ਹੈ ਕਿ ਅਸੀਂ ਜੋ ਐਥਨਿਕ ਕਮਿਊਨਿਟੀਜ਼ ਦੇ ਲੋਕ ਹੈ ਉਹ ਆਪੋ ਆਪਣੇ ਐਥਨਿਕ ਚੈਨਲਾਂ ਦੇ ਨਾਲ ਜੁੜੇ ਹੋਏ ਹਾਂ। ਜੇ ਪੰਜਾਬੀ ਲੋਕ ਨੇ ਉਹ ਪੰਜਾਬੀ ਰੇਡੀਓ ਨੂੰ ਸੁਣ ਰਹੇ ਨੇ, ਉਹ ਜਿਹੜੇ ਇੱਥੋਂ ਦੇ ਨੈਸ਼ਨਲ ਨਿਊਜ਼ ਪੇਪਰ ਨੇ, ਗਲੋਬਲ ਮੇਲ ਕੀ ਲਿਖਦਾ ਆ, ਨੈਸ਼ਨਲ ਪੋਸਟ ਕੀ ਲਿਖਦਾ ਜਾਂ ਸਟਾਰ ਕੀ ਲਿਖਦਾ, ਉਹਨਾਂ ਦੇ ਵਿੱਚ ਨਹੀਂ ਉਹਨਾਂ ਨੇ ਪੜ੍ਹਨਾ, ਉਹਦੀ ਗਿਣਤੀ ਬਹੁਤ ਥੋੜ੍ਹੀ ਹੈ। ਪਰ ਜਿਹੜੀ ਮੈਜੋਰਿਟੀ ਲੋਕ ਨੇ ਉਹ ਆਪਣੇ ਚੈਨਲਾਂ ਨੂੰ ਸੁਣਦੇ ਨੇ, ਤੇ ਗਵਰਨਮੈਂਟ ਨੇ ਆਪਣੇ ਐਥਨਿਕ ਮੀਡੀਆ ਦੇ ਲਈ ਪੈਸਾ ਕੋਈ ਨਹੀਂ ਕੱਢਿਆ ਗਾ, ਉਹਦੇ ਕਰਕੇ ਇੱਕ ਵੱਡੀ ਸਮੱਸਿਆ ਆਈ ਹੈ। ਜਿਹੜਾ ਕੱਢਿਆ ਵੀ ਉਹ ਕੁਝ ਇੱਕ ਗਿਣੇ ਚੁਣੇ ਲੋਕਾਂ ਨੂੰ ਦਿੱਤਾ ਗਿਆ, ਪਰ ਜਿਸ ਪੱਧਰ ਦੇ ਉੱਤੇ ਐਥਨਿਕ ਕਮਿਊਨਿਟੀ ਦੀ ਹੈਲਪ ਲੈ ਕੇ ਇਹਨਾਂ ਗੱਲਾਂ ਨੂੰ ਫੈਲਾਉਣ ਦੀ ਜ਼ਰੂਰਤ ਸੀ, ਉਸ ਪੱਧਰ ਦੇ ਉੱਤੇ ਗਵਰਨਮੈਂਟ ਨੇ ਕੰਮ ਨਹੀਂ ਕੀਤਾ। ਜੀ ਅਰਸ, ਤੁਹਾਡੇ ਕੀ ਸਿਚੁਏਸ਼ਨ ਆ ਬੀਸੀ ਦੀ, ਕਿੱਦਾਂ ਦਾ ਜਨਜੀਵਨ ਚੱਲ ਰਿਹਾ? ਬਿਲਕੁਲ ਜੀ, ਬੀਸੀ ਦੀ ਜੇ ਮੈਂ ਗੱਲ ਕਰਾਂ ਤਾਂ ਬੀਸੀ ਦੇ ਵਿੱਚ ਜਿਵੇਂ ਅਸੀਂ ਡੇਟੇ ਦੀ ਗੱਲ ਕਰੀਏ ਤਾਂ ਜਿਹੜੀ ਸੈਟਰਡੇ ਨੂੰ, ਕਿਉਂਕਿ ਹਜੇ ਜਿਹੜੇ ਨੰਬਰ ਹੈਗੇ ਉਹ ਜ਼ਿਆਦਾ ਅਪਡੇਟ ਨਹੀਂ ਹੋਏ, ਜੇ ਅਸੀਂ ਸੈਟਰਡੇ ਵਾਲੇ ਨੰਬਰ ਦੀ ਗੱਲ ਕਰੀਏ ਤਾਂ ਉਹ ਸੈਟਰਡੇ ਨੂੰ 35 ਨਵੇਂ ਕੇਸ ਜਿਹੜੇ ਡਿਸਕਵਰ ਹੋਏ ਸੀ, 1445 ਲੋਕ ਜਿਹੜੇ ਇਸ ਮਹਾਮਾਰੀ ਤੋਂ ਇਨਫੈਕਟਡ ਨੇ, ਤੇ ਜਿਹੜੀਆਂ ਡੈਥਸ ਨੇ ਉਹ 58 ਹੋ ਚੁੱਕੀਆਂ ਨੇ। ਤੇ ਇੱਥੇ ਜਿਹੜਾ ਹੈਗਾ ਆ, ਜਦੋਂ ਅਸੀਂ ਹੈਲਥ ਮਿਨਿਸਟਰ ਦੀ ਬਰੀਫਿੰਗ ਸੁਣਦੇ ਹਾਂ ਤਾਂ ਉਹ ਕਹਿ ਰਹੇ ਆ ਕਿ ਇੱਥੇ ਅਸੀਂ ਹਜੇ ਵੀ ਜਿਹੜੀ ਉਹ ਕਰਵ ਹੈਗੀ ਆ ਉਹ ਫਲੈਟ ਕਰਨ ਦੇ ਨੇੜੇ ਤੇੜੇ ਹੈਗੇ ਆ, ਪਰ ਸਾਨੂੰ ਘਰਾਂ ਦੇ ਵਿੱਚ ਜਿਹੜਾ ਰਹਿਣਾ ਚਾਹੀਦਾ ਆ। ਜਿਵੇਂ ਤੁਸੀਂ ਹੁਣ ਓਨਟੇਰੀਓ ਦੀ, ਟੋਰਾਂਟੋ ਦੀ ਗੱਲ ਕਰ ਰਹੇ ਹੈਗੇ ਆ, ਇੱਥੇ ਵੀ ਕਈ ਲੋਕ ਇੱਦਾਂ ਦੇ ਹੈਗੇ ਆ ਜਿਹੜੇ ਸੀਰੀਅਸ ਨਹੀਂ ਲੈ ਰਹੇ, ਲਾਈਟ ਰਹਿ ਰਹੇ ਨੇ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ, ਕਹਿ ਰਹੇ ਨੇ ਕਿ ਅਸੀਂ ਤਾਂ ਇੰਨੇ ਜਾਣੇ ਇਕੱਠੇ ਹੋਏ ਸੀਗੇ। ਜਾਂ ਹੁਣ ਅਸੀਂ ਪਾਰਕਾਂ ਦੀ ਗੱਲ ਕਰ ਲਈਏ ਤਾਂ ਬੀਸੀ ਦੇ ਵਿੱਚ ਸਾਰੇ ਪਾਰਕ, ਸਾਰੀਆਂ ਬੀਚਸ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ, ਪਰ ਫਿਰ ਵੀ ਜਿਹੜੇ ਜੇ ਹੁਣ ਅਸੀਂ ਸੰਡੇ ਦੀ ਜਾਂ ਸੈਟਰਡੇ ਦੀ ਗੱਲ ਕਰੀਏ ਤਾਂ ਇੱਥੇ ਲੋਕ ਜਿਹੜੇ ਪਾਰਕਾਂ ਦੇ ਵਿੱਚ ਗਏ ਸੀਗੇ, ਤੇ ਉੱਥੇ ਜਾ ਕੇ ਜਿਵੇਂ 5-5, 10-10 ਲੋਕ ਜਿਹੜੇ ਆ ਇਕੱਠੇ ਹੋ ਕੇ ਜਿਹੜੇ ਰਹਿ ਰਹੇ ਸੀ, ਜਾਂ ਕਹਿ ਰਹੇ ਆ ਕਿ ਅਸੀਂ 8-8 ਜਾਣੇ ਘਰ ਰਹਿ ਰਹੇ ਹਾਂ, ਕਿਉਂਕਿ ਫੈਮਿਲੀ ਦੇ ਵਿੱਚ ਕਹਿ ਰਹੇ ਆ ਕਿ ਜੇ ਤੁਸੀਂ 8 ਜਾਣੇ ਹੈਗੇ, 8 ਲੋਕ ਹੈਗੇ ਆ ਤਾਂ ਤੁਸੀਂ ਘਰ ਦੇ ਵਿੱਚ ਰਹਿ ਸਕਦੇ ਆ, ਪਰ ਬਾਹਰ ਪਬਲਿਕ ਪਲੇਸ ਤੋਂ ਵੱਖ ਵੱਖ ਥਾਵਾਂ ਤੋਂ ਆ ਕੇ 5 ਲੋਕ ਜਾਂ 5 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ। ਸੋ ਗਰੋਸਰੀ ਸਟੋਰਸ ਦੀ ਇੱਥੇ ਜੇ ਗੱਲ ਕਰ ਲਈਏ ਤਾਂ ਇੱਥੇ ਵੀ ਇਹੀ ਹਾਲ ਹੈ ਕਿ 5 ਲਾਈਨ ਅਪ ਬਹੁਤ ਦੇਖਣ ਨੂੰ ਮਿਲ ਰਿਹਾ ਹੈਗਾ ਆ, ਪਰ ਜੋ ਅੰਦਰ ਹੈਗਾ ਆ ਉਹ ਕਹਿ ਰਹੇ ਆ ਕਿ 5 ਜਾਂ 6 ਲੋਕ ਅੰਦਰ ਜਾ ਸਕਦੇ ਹੈਗੇ ਆ, ਪਰ ਫਿਰ ਵੀ ਜਿਹੜੇ ਸਟਾਫ ਦੇ ਨਾਲ ਤੇ ਜਿਹੜੀ ਨਾਲ ਕਸਟਮਰ ਨੇ ਉਹ ਇਕੱਠੇ ਹੋ ਕੇ ਫਿਰ ਵੀ 10-15-20 ਲੋਕ ਜਿਹੜੇ ਉੱਥੇ ਕੰਮ ਕਰ ਰਹੇ ਨੇ, ਤੇ ਲਾਈਟ ਜਿਹੜਾ ਹੈਗਾ ਲਿਆ ਜਾ ਰਿਹਾ ਇਸ ਸਿਚੁਏਸ਼ਨ ਨੂੰ। ਤੇ ਇੱਥੇ ਜਿਹੜੀ ਹੋਰ ਸਿਚੁਏਸ਼ਨ ਜਿਹੜੀ ਹੈਗੀ ਆ, ਬਾਕੀ ਜੇ ਗੱਲ ਕਰ ਲਈਏ ਅਸੀਂ ਟੈਨੈਂਟਸ ਦੀ ਜਾਂ ਰੈਂਟਲਸ ਦੀ, ਤਾਂ ਜਿਹੜੀ ਅੱਜ ਹੁਣੇ ਹੁਣੇ ਅਪਡੇਟ ਆਈ ਹੈ ਉਹ ਤੁਹਾਨੂੰ ਵੀ ਮੈਂ ਇੱਕ ਵਾਰ ਦੱਸ ਦਵਾਂ ਕਿ ਬੀਸੀ ਦੇ ਵਿੱਚ ਜੋ ਰੈਂਟਲ ਸਬਸਿਡੀ $500 ਜਿਹੜੀ ਦਿੱਤੀ ਗਈ ਸੀ, ਉਹ ਸਾਰਿਆਂ ਨੂੰ ਇੱਕ ਕਨਫਿਊਜ਼ਨ ਸੀ ਕਿ ਕਈਆਂ ਦੀਆਂ ਇਲੀਗਲ ਬੇਸਮੈਂਟਸ ਸੀਗੀਆਂ, ਪਰ ਹੁਣ ਉਹਨਾਂ ਨੇ, ਸਰਕਾਰ ਨੇ ਇਹ ਮੱਦੇਨਜ਼ਰ ਕਿ ਲੋਕਾਂ ਨੂੰ ਕ੍ਰਾਈਸਿਸ ਦਾ ਸਾਹਮਣਾ ਕਰਨਾ ਪੈ ਰਿਹਾ, ਤਾਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀਆਂ ਇਲੀਗਲ ਬੇਸਮੈਂਟਸ ਹੈਗੀਆਂ ਨੇ ਉਹਨਾਂ ਨੂੰ ਵੀ ਇਹ ਜਿਹੜੀ ਸਬਸਿਡੀ ਉਹ ਦਿੱਤੀ ਜਾਵੇਗੀ, ਤੇ ਸਿਰਫ ਇਹ ਬੀਸੀ ਦੇ ਵਿੱਚ ਹੀ ਹੋ ਰਿਹਾ ਹੈਗਾ। ਸੋ ਇਸ ਹਿਸਾਬ ਦੇ ਨਾਲ ਟੋਰਾਂਟੋ ਦੀ, ਓਨਟੇਰੀਓ ਦੀ ਕੀ ਸਥਿਤੀ ਹੈਗੀ ਆ, ਰੈਂਟਲਸ ਪ੍ਰੋਵਿੰਸ ਐਗਰੀ ਹੋ ਰਹੀ ਹੈ ਕਿ ਨਹੀਂ ਹੋ ਰਹੀ, ਫੈਡਰਲ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ, ਕੀ ਹੋ ਰਿਹਾ ਇਸ ਰੈਂਟਲ ਸਬਸਿਡੀ ਦੇ ਬਾਰੇ? ਸੋ ਰੈਂਟਲ ਦੇ ਬਾਰੇ ਦੇ ਵਿੱਚ ਇੱਥੇ ਸ਼ੁਰੂ ਦੇ ਵਿੱਚ ਹੀ ਇੱਕ ਪਟੀਸ਼ਨ, ਜਦੋਂ 1 ਅਪ੍ਰੈਲ ਨੂੰ ਲੋਕਾਂ ਨੇ ਰੈਂਟ ਦੇਣਾ ਸੀ, ਇੱਕ ਪਟੀਸ਼ਨ ਸ਼ੁਰੂ ਹੋਈ ਔਰ 1 ਅਪ੍ਰੈਲ ਤੱਕ ਆਲਮੋਸਟ 1 ਮਿਲੀਅਨ ਲੋਕਾਂ ਨੇ ਇਸ ਪਟੀਸ਼ਨ ਦੇ ਉੱਤੇ ਸਾਈਨ ਕਰ ਦਿੱਤੇ ਸੀਗੇ ਕਿ ਸਾਨੂੰ ਰੈਂਟ ਮਾਫ ਹੋਣਾ ਚਾਹੀਦਾ। ਪਰ ਇਸ ਦੇ ਵਿੱਚ ਇੱਥੇ ਇਸ ਤਰ੍ਹਾਂ ਦਾ ਕੁਛ ਨਹੀਂ ਦਿੱਤਾ ਗਿਆ ਕਿ ਜਿਹੜੇ ਲੋਕ ਰੈਂਟ ਦੇ ਉੱਤੇ ਰਹਿੰਦੇ ਆ ਉਹਨਾਂ ਨੂੰ $500 ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਕੋਈ ਹੋਰ ਰਾਹਤ ਦਿੱਤੀ ਜਾਵੇ। ਉਹਨਾਂ ਨੂੰ ਸਿਰਫ ਇੱਕ ਗਰੰਟੀ ਦਿੱਤੀ ਗਈ ਹੈ ਕਿ ਤੁਹਾਨੂੰ ਕੋਈ ਵੀ ਲੈਂਡਲੋਰਡ ਆ ਉਹ ਓਵਿਕਟ ਨਹੀਂ ਕਰਾ ਸਕੇਗਾ 6 ਮਹੀਨੇ ਦੇ ਲਈ। ਸੋ 6 ਮਹੀਨੇ ਦਾ ਉਹਨਾਂ ਟਾਈਮ ਦਿੱਤਾ ਸੀਗਾ ਕਿ, ਪਰ ਉਹ ਹੁਣ ਟੈਨੈਂਟ ਆ ਜਿਹੜਾ ਜਦੋਂ ਮੋਰਗੇਜ ਡੈਫਰ ਕਰਨ ਦੀ ਇਹਨਾਂ ਨੇ ਗੱਲ ਕੀਤੀ, ਉਦੋਂ ਬਹੁਤ ਸਾਰੇ ਜਿਹੜੇ ਟੈਨੈਂਟ ਨੇ ਉਹਨਾਂ ਨੇ ਦਿਮਾਗ ਦੇ ਵਿੱਚ ਆ ਗਈ ਇਹ ਗੱਲ ਕਿ ਜਿਹੜੇ ਸਾਡੇ ਮਕਾਨ ਮਾਲਕ ਨੇ ਉਹਨਾਂ ਨੂੰ ਤਾਂ ਮੋਰਗੇਜ ਦੇਣ ਦੀ ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਮੋਰਗੇਜ ਦੇਣ ਦੀ ਜ਼ਰੂਰਤ ਨਹੀਂ, ਫਿਰ ਅਸੀਂ ਕਿਉਂ ਰੈਂਟ ਦਈਏ? ਇਹਦੇ ਤੇ ਜਿਹੜੇ ਟੈਨੈਂਟਸ ਨੇ ਇਹ ਗੱਲ ਨਹੀਂ ਸਮਝੀ ਵੀ ਇਹਨਾਂ ਦੀ ਮੋਰਗੇਜ ਮਾਫ ਨਹੀਂ ਹੋਏਗੀ, ਸਿਰਫ ਡੈਫਰ ਹੋਈ ਹੈ, ਅੱਜ ਨਹੀਂ ਤਾਂ ਕੱਲ ਨੂੰ ਦੇਣੀ ਹੈ। ਸੋ ਬੈਂਕਾਂ ਕੋਲ ਬਹੁਤ ਕੁਛ ਹੁੰਦਾ ਹੈ, ਬੈਂਕ ਨੂੰ ਅਸੀਂ ਮੋਰਗੇਜ ਤੋਂ ਇਹ ਨਹੀਂ ਹੋ ਸਕਦਾ ਜੇ ਡੈਫਰ ਹੋ ਗਈ ਤੇ ਮੁੜ ਕੇ ਕੱਲ ਨੂੰ ਅਸੀਂ ਜਵਾਬ ਦੇ ਦਈਏ, ਪਰ ਜਿਹੜੇ ਟੈਨੈਂਟ ਨੇ
ਉਹ ਜੇ 6 ਮਹੀਨੇ ਤੁਹਾਨੂੰ ਰੈਂਟ ਨਹੀਂ ਦਿੰਦਾ 6 ਮਹੀਨੇ ਬਾਅਦ ਉਹ ਤੋਂ ਰੈਂਟ ਇਕੱਠਾ ਲੈਣਾ ਬਹੁਤ ਮੁਸ਼ਕਲ ਹੋ ਜਾਵੇਗਾ। ਇਸ ਚੀਜ਼ ਉੱਤੇ ਵੱਡੀ ਕਨਫਿਊਜ਼ਨ ਇੱਥੇ ਚੱਲਦੀ ਰਹੀ ਹੈ। ਪਰ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਸਰਕਾਰ ਦੀ ਦਲੀਲ ਇਹ ਹੈ ਕਿ ਜੇ ਤੁਹਾਡਾ ਕੰਮ ਛੁੱਟ ਗਿਆ ਹੈ ਤੁਹਾਨੂੰ $2,000 ਦਿੱਤਾ ਜਾ ਰਿਹਾ, ਜੇ ਤੁਹਾਡੇ ਬੱਚੇ ਨੇ ਛੋਟੇ ਨੇ 6 ਸਾਲ ਤੋਂ $600 ਪਹਿਲਾਂ ਦਿੱਤਾ ਜਾਂਦਾ ਸੀਗਾ, $300 ਫੈਡਰਲ ਗਵਰਨਮੈਂਟ ਨੇ ਵਧਾ ਤਾ, $200 ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਵਨ ਟਾਈਮ ਦੇ ਦਿੱਤਾ, $1,100 ਤੁਹਾਡੇ ਬੱਚੇ ਨੂੰ ਇੱਕ ਪਰ ਬੱਚੇ ਨੂੰ ਆ ਗਿਆ। ਸੋ ਇਹ ਤੋਂ ਇਲਾਵਾ ਜਿਹੜੇ ਹੋਰ ਬੈਨੀਫਿਟਸ ਨੇ ਉਹ ਵੀ ਦੇ ਦਿੱਤੇ ਗਏ ਨੇ। ਉਹਨਾਂ ਨੇ ਕਿਹਾ ਕਿ ਤੁਹਾਡੇ ਲਈ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਕਿ ਤੁਸੀਂ ਰੈਂਟ ਨਹੀਂ ਦਿੱਤਾ। ਸਾਨੂੰ ਸਭ ਤੋਂ ਵੱਡਾ ਡਰ ਇਹ ਲੱਗਦਾ ਸੀਗਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਸ਼ਾਇਦ ਇਹ ਵੱਡੀ ਸਮੱਸਿਆ ਆਵੇ। ਹੁਣ ਇੰਟਰਨੈਸ਼ਨਲ ਸਟੂਡੈਂਟਸ ਤੋਂ ਲੈ ਕੇ ਜੇ ਕਿਸੇ ਕੋਲ 20 ਘੰਟੇ ਕੰਮ ਕਰਨ ਦਾ ਪਰਮਿਟ ਸੀਗਾ ਤੇ $14 ਮਿਨੀਮਮ ਵੇਜ ਦੇ ਉੱਤੇ ਉਹ ਕੰਮ ਕਰਦਾ ਤਾਂ ਉਹਦੇ $1,100 ਪਰ ਮੰਥ ਬਣਦੇ ਨੇ $14 ਦੇ ਹਿਸਾਬ ਦੇ ਨਾਲ। ਪਰ ਉਹਨਾਂ ਨੂੰ ਵੀ ਸਰਕਾਰ ਨੇ $2,000 ਦਾ ਚੈੱਕ ਆਲਰੇਡੀ ਉਹਨਾਂ ਦੇ ਅਕਾਊਂਟ ਦੇ ਵਿੱਚ ਪਾ ਦਿੱਤਾ, ਉਹਨਾਂ ਦੇ ਅਕਾਊਂਟ 'ਚ ਪੈਸੇ ਆ ਗਏ ਨੇ। ਤੇ ਜੇ ਹੁਣ ਸਟੂਡੈਂਟ ਵੀ ਇਹ ਬਹਾਨਾ ਲਾਉਣ ਕਿ ਸਾਡੇ ਕੋਲ ਪੈਸੇ ਨਹੀਂ ਹੈ ਰੈਂਟ ਦੇਣ ਦੇ ਲਈ, ਉਹ ਵੀ ਸਹੀ ਗੱਲ ਨਹੀਂ ਹੋਵੇਗੀ ਕਿਉਂਕਿ ਆਲਰੇਡੀ ਉਹਨਾਂ ਦੇ ਪਾਸ ਜਿਹੜਾ ਗਵਰਨਮੈਂਟ ਨੇ ਆਪਣੇ ਪੈਸੇ ਦੇ ਦਿੱਤੇ ਨੇ। ਸੋ ਟੈਨੈਂਟਸ ਦਾ ਜ਼ਰੂਰ ਇਸ਼ੂ ਰਿਹਾ ਵਾ, ਪਰ ਗਵਰਨਮੈਂਟ ਨੇ ਇੱਥੇ ਕੋਈ ਇਸ ਤਰ੍ਹਾਂ ਦੀ ਸਬਸਿਡੀ ਨਹੀਂ ਦਿੱਤੀ। ਹਾਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਜਦੋਂ ਖਬਰਾਂ ਆਈਆਂ ਸੀ ਕਿ $500 ਮਾਫ਼ ਕਰ ਦਿੱਤਾ ਗਿਆ, ਉਦੋਂ ਇੱਥੇ ਕਾਫ਼ੀ ਗੱਲ ਇਸ ਦੀ ਚੱਲੀ ਸੀਗੀ ਤੇ, ਪਰ ਇੱਥੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਸਬਸਿਡੀ ਨਹੀਂ ਹੈ। ਜੀ ਬਿਲਕੁਲ। ਸੋ ਇੱਦਾਂ ਦੀ ਕਿਉਂਕਿ BC ਗਵਰਨਮੈਂਟ ਨੇ $300 ਐਕਸਟਰਾ ਵੀ ਦਿੱਤੇ ਹੈਗੇ ਆ ਤੇ ਵਨ ਟਾਈਮ $1,000, ਸੋ BC ਗਵਰਨਮੈਂਟ ਆਪਣੇ ਵੱਲੋਂ ਵੀ ਜੋ ਕਰ ਰਹੀ ਹੈਗੀ ਆ ਸਹਾਇਤਾ ਕਰਨ ਦੀ ਕੋਸ਼ਿਸ਼, ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਜੇ ਅਸੀਂ ਸਿਟੀ ਦੀ ਗੱਲ ਕਰ ਲਈਏ ਤਾਂ ਇੱਥੇ ਵੈਨਕੂਵਰ ਸਿਟੀ ਦੇ ਮੇਅਰ ਨੇ ਜੋ ਅਪੀਲ ਕੀਤੀ ਹੈ ਫੈਡਰਲ ਸਰਕਾਰ ਨੂੰ ਕਿ ਸਾਨੂੰ $100 million ਦੀ ਜਿਹੜੀ ਜਿਹੜਾ ਗ੍ਰਾਂਟ ਦਿੱਤੀ ਜਾਵੇ, ਕਿਉਂਕਿ ਪ੍ਰੋਪਰਟੀ ਟੈਕਸ ਦਾ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ ਕਿ ਅੱਧ ਤੋਂ ਜ਼ਿਆਦਾ ਜਿੰਨੀ ਪਾਪੂਲੇਸ਼ਨ ਰਹਿ ਰਹੀ ਹੈ ਅੱਧ ਤੋਂ ਜ਼ਿਆਦਾ ਲੋਕ ਇਹਨਾਂ ਦਿਨਾਂ ਦੇ ਵਿੱਚ ਪ੍ਰੋਪਰਟੀ ਟੈਕਸ ਭਰਨ ਦੇ ਯੋਗ ਨਹੀਂ ਹੋਣਗੇ। ਸੋ ਜਿਹੜੀ ਮਿਊਨਸੀਪੈਲਿਟੀ ਆ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ, ਬੈਂਕਰਪਸੀ ਦੇ ਵਿੱਚ ਆ ਸਕਦੀ ਹੈ। ਸੋ ਇੱਥੋਂ ਦੀ ਮਿਊਨਸੀਪੈਲਿਟੀ ਦਾ ਕਿੰਨਾ ਕੀ ਸਿਚੁਏਸ਼ਨ ਹੈਗੀ ਹੈ? ਸਾਡੇ ਇੱਥੇ ਸਾਰੇ ਮਿਊਨਸੀਪੈਲਿਟੀਆਂ ਨੇ ਆਪਣੇ ਆਪਣੇ ਬਿਹਾਫ ਦੇ ਉੱਤੇ ਕੰਮ ਕੀਤਾ ਹੈ। ਟੋਰਾਂਟੋ ਨੇ ਕਾਫੀ ਇਸ ਦੇ ਉੱਤੇ ਕੰਮ ਕੀਤਾ, ਉਹਨਾਂ ਨੇ ਵੀ ਆਪਣੀ ਟੈਕਸ ਪੇਮੈਂਟ ਆ ਜਿਹੜੀ ਪ੍ਰੋਪਰਟੀ ਟੈਕਸ ਪੇਮੈਂਟ ਡੈਫਰ ਕੀਤੀ ਹੈ, ਇਸੇ ਤਰ੍ਹਾਂ ਦੀ ਵੀ ਫ੍ਰੀਜ਼ ਕੀਤੀ ਹੈ, ਇਸੇ ਤਰ੍ਹਾਂ ਹੀ ਮਿਸਾਗਾ ਨੇ ਵੀ ਕੀਤੀ ਹੈ। ਸੋ ਬਾਕੀ ਹੋਰ ਸ਼ਹਿਰਾਂ ਨੇ ਵੀ ਆਪਣੇ ਪੱਧਰ ਦੇ ਉੱਤੇ ਕੰਮ ਕੀਤਾ। ਪਰ ਪ੍ਰੋਬਲਮ ਕਿਵੇਂ ਕੀ ਆਉਂਦੀ ਹੈ, ਜਿਵੇਂ ਆਪਣੇ ਤੁਹਾਡੀ ਪ੍ਰੋਵਿੰਸ ਪੈਸੇ ਮੰਗ ਰਹੀ ਹੈ, ਸ਼ਹਿਰ ਆਪਣੇ ਸਿਟੀ ਨੇ ਜਿਹੜੀ ਆਪਣੀਆਂ ਮਿਊਨਸੀਪਲ ਗਵਰਨਮੈਂਟਸ ਨੇ ਉਹ ਬਾਏ ਲਾ ਡੈਫੀਸਿਟ ਦਾ ਬਜਟ ਨਹੀਂ ਪੇਸ਼ ਕਰ ਸਕਦੀਆਂ ਗੀਆਂ। ਜਿਵੇਂ ਆਪਣੀ ਪ੍ਰੋਵਿੰਸ ਹੈ, ਜਿਵੇਂ ਆਪਣੀ ਫੈਡਰਲ ਗਵਰਨਮੈਂਟ ਹੈ, ਫੈਡਰਲ ਗਵਰਨਮੈਂਟ ਡੈਫੀਸਿਟ ਦਾ ਬਜਟ ਪੇਸ਼ ਕਰ ਸਕਦੀ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਡੈਫੀਸਿਟ ਦਾ ਬਜਟ ਪੇਸ਼ ਕਰ ਸਕਦੀ ਹੈ, ਪਰ ਸਿਟੀ ਨੂੰ ਬਾਏ ਲਾ ਬੈਲੈਂਸ ਬਜਟ ਆ ਪੇਸ਼ ਕਰਨਾ ਹੋਵੇਗਾ, ਜਾਂ ਸਰਪਲਸ ਵਾਲਾ ਬਜਟ ਪੇਸ਼ ਕਰਨਾ ਹੋਵੇਗਾ ਜਾਂ ਬੈਲੈਂਸ ਵਾਲਾ ਕਰਨਾ ਹੋਵੇਗਾ। ਜੇ ਹੁਣ ਸਿਟੀ ਕਿਸੇ ਤਰ੍ਹਾਂ ਦੀ ਸਹੂਲਤ ਦਿੰਦੀ ਹੈ, ਸਿਟੀ ਕੋਈ ਟੈਕਸ ਕੱਟ ਕਰਦੀ ਹੈ ਜਾਂ ਟੈਕਸ ਡੈਫਰ ਕਰਦੀ ਹੈ ਜਾਂ ਟੈਕਸ ਮਾਫ਼ ਕਰਦੀ ਹੈ, ਜਿਹੜਾ ਉਹ ਪੋਸੀਬਲ ਨਹੀਂ ਹੋਵੇਗਾ ਕਿਉਂਕਿ ਸਿਟੀ ਨੂੰ ਅੰਤ ਨੂੰ ਆਪਣਾ ਜਿਹੜਾ ਬਜਟ ਪੇਸ਼ ਕਰਨਾ ਪੈਣਾ ਉਹ ਬੈਲੈਂਸ ਕਰਨਾ ਪੈਣਾ ਆ, ਤੇ ਇਸੇ ਲਈ ਇਹ ਸਿਟੀ ਪ੍ਰੋਵਿੰਸ ਤੋਂ ਤੇ ਫੈਡਰਲ ਸਰਕਾਰ ਤੋਂ ਇਹਦੇ ਲਈ ਹਮਾਇਤ ਮੰਗਦੀ ਹੈ। ਗਰੇਵਾਲ ਸਾਹਿਬ, ਇੱਕ ਆਪਾਂ ਜੇ ਹੋਰ ਗੱਲ ਕਰ ਲਈਏ, ਜਿਵੇਂ ਇੰਡੀਆ ਦੇ ਵਿੱਚ ਜਿਹੜੇ ਆਪਣੇ ਇੱਥੋਂ ਦੇ ਇਮੀਗ੍ਰੈਂਟ ਗਏ ਹੋਏ ਸੀਗੇ ਉੱਥੇ ਫਸੇ ਹੋਏ ਨੇ ਕਿਉਂਕਿ ਪ੍ਰੋਪਰ ਲੋਕਡਾਊਨ, ਉੱਥੇ ਕਰਫਿਊ ਲੱਗਿਆ ਹੋਇਆ, ਤੇ ਕੁਝ ਕੁ ਸਪੈਸ਼ਲ ਫਲਾਈਟਸ ਵੀ ਚਲਾਈਆਂ ਗਈਆਂ ਸੀਗੀਆਂ, ਕੁਝ ਆ ਵੀ ਰਹੇ ਆ ਲੋਕ, ਪਰ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈਗੀ ਕਿ ਉਹਨਾਂ ਲੋਕ ਕਹਿ ਰਹੇ ਕਿ ਜਿਹੜਾ ਉਹਦਾ ਕਿਰਾਇਆ ਗਾ ਉਹ ਬਹੁਤ ਜ਼ਿਆਦਾ ਲਿਆ ਜਾ ਰਿਹਾ ਉਹਨਾਂ ਤੋਂ। ਜੇ ਕਿਸੇ ਦੇ 3-4 ਜਾਣੇ ਗਏ ਹੋਏ ਨੇ, ਹਾਲਾਂਕਿ ਗੌਰਮੈਂਟ ਨੇ $5,000 ਦਾ ਲੋਨ ਵੀ ਉਹਨਾਂ ਦੇ ਲਈ ਦਿੱਤਾ ਗਾ, ਪਰ ਜੇ ਕਿਸੇ ਦੇ 4-5 ਜਾਣੇ ਗਏ ਤੇ ਉਹਨਾਂ ਦੇ ਤਾਂ $10,000-$12,000 ਲੱਗ ਜਾਂਦੇ ਆ, ਉਹਦੇ ਲਈ ਕੀ ਅਪਡੇਟ ਆਪਣੇ ਕੋਲ? ਇਹ ਇਕੱਲੀ ਗੱਲ ਕਿਰਾਏ ਦੀ ਨਹੀਂ ਜਗਬਾਉ ਜੀ, ਇਹ ਜਿਸ ਤਰ੍ਹਾਂ ਗਵਰਨਮੈਂਟ ਨੇ ਇਹ ਸਾਰਾ ਕੁਝ ਮੈਨੇਜ ਕੀਤਾ ਆ, ਆਈ ਬਿਲੀਵ ਕਿ ਗਵਰਨਮੈਂਟ ਫੇਲਡ ਔਨ ਇਟ। ਗਵਰਨਮੈਂਟ ਫੇਲਡ ਟੂ ਬ੍ਰਿੰਗ ਪੀਪਲ ਹੂ ਆਰ ਸਟੈਂਡਰਡ ਇਨ ਦ ਫੋਰਨ ਕੰਟਰੀਜ਼, ਦ ਕੈਨੇਡੀਅਨ ਜਿਹੜੇ ਖਾਸ ਤੌਰ ਦੇ ਉੱਤੇ ਨੇ। ਸੋ ਇਹ ਜੇ ਆਪਾਂ ਬਾਕੀ ਗੱਲਾਂ ਨੂੰ ਛੱਡ ਦਈਏ, ਬਾਕੀ ਮੁਲਕਾਂ ਦੀ ਗੱਲ ਛੱਡ ਦਈਏ, ਈਵਨ ਜੇ ਮੈਂ ਅੱਜ ਆਪਣੇ ਫੋਰਨ ਅਫੇਅਰ ਮਿਨਿਸਟਰ ਦੇ ਟਵੀਟ ਵੀ ਦੇਖਦਾ ਆ, ਉਹਨਾਂ ਨੇ ਜਿਹੜੇ ਟਵੀਟ ਕੀਤੇ ਆ ਪਹਿਲੇ ਕਿ ਅਸੀਂ ਫਲਾਈਟਾਂ ਅਰੇਂਜ ਕਰ ਰਹੇ ਹਾਂ ਫਲਾਣੇ ਫਲਾਣੇ ਮੁਲਕਾਂ ਤੋਂ ਲੋਕਾਂ ਨੂੰ ਕੱਢਣ ਦੇ ਲਈ, ਉਹਦੇ 'ਚ ਇੰਡੀਆ ਦਾ ਨਾਂ ਬਹੁਤ ਦੇਰ ਬਾਅਦ ਦੇ ਟਵੀਟਾਂ 'ਚ ਆਇਆ, ਸ਼ੁਰੂ ਦੇ ਵਿੱਚ ਉਹਨਾਂ ਨੇ ਇੰਡੀਆ ਦੀ ਗੱਲ ਨਹੀਂ ਕੀਤੀ ਗਈ। ਇੰਡੀਆ ਦੀ ਗੱਲ ਨੂੰ ਲੈ ਕੇ ਇਹਨਾਂ ਨੇ ਇੱਕ ਕੰਪਨੀ ਕਾਰਪੋਰੇਟ ਫਲਾਇਰ ਨਾਂ ਦੀ ਕੰਪਨੀ ਨੂੰ ਇੱਕ ਕੋਈ ਕੰਟਰੈਕਟ ਉਹਨਾਂ ਦੇ ਨਾਲ ਕੀਤਾ, ਉਹਨਾਂ ਨੇ ਆਪਣੀ ਕੋਸਟ ਦੱਸੀ,
3,000 ਪਲੱਸ 3,000 ਤੋਂ ਚਲਦੀ ਚਲਦੀ ਇਹ ਕਾਸਟ $4,000 ਤੇ ਚਲੀ ਗਈ। ਤੇ ਜਿਹੜੇ ਫਿਰ ਇਹਨਾਂ ਲੋਕਾਂ ਦੇ ਥਰੂ ਪਹਿਲੀਆਂ ਫਲਾਈਟਾਂ 'ਚ ਬੈਠ ਕੇ ਆਏ ਨੇ, ਜਿਹੜੀ ਸੈਕਿੰਡ ਫਲਾਈਟ ਆਈ ਆ ਜੇ ਉਹਦੀ ਮੈਂ ਗੱਲ ਕਰਾਂ, ਉਹਦੇ 'ਚ ਜਿਹੜੇ ਪੰਜਾਬ ਤੋਂ ਲੋਕ ਆਏ ਨੇ ਉਹਨਾਂ ਨੇ ਦੱਸਿਆ ਕਿ ਜਿਹੜੀ ਰੁਪਈਆ $300 ਉਹਦਾ ਬੱਸ ਦਾ ਕਿਰਾਇਆ ਸੀਗਾ ਜਿਹੜੀ ਲੁਧਿਆਣੇ ਤੋਂ ਦਿੱਲੀ ਤੱਕ ਗਈ ਹੈ। ਉਹ ਬੱਸ ਉਹ ਕੋਈ ਕੋਚ ਨਹੀਂ ਸੀਗੀ, ਕੋਈ ਏਸੀ ਬੱਸ ਨਹੀਂ ਸੀਗੀ, ਇੱਕ ਰੈਗੂਲਰ ਜਿਹੜੀ ਬੱਸ ਹੁੰਦੀ ਹੈ ਉਹ ਹੁੰਦੀ ਹੈ। ਉਹਦੇ 'ਚ ਸਮਾਨ ਰੱਖਣ ਨੂੰ ਕੋਈ ਵੱਖਰੀ ਜਗ੍ਹਾ ਨਹੀਂ ਸੀ, ਸੀਟਾਂ ਸਾਰੀਆਂ ਜੈਮ ਪੈਕ ਸੀਗੀਆਂ, ਉਹਦੇ 'ਚ ਕੋਈ ਸੋਸ਼ਲ ਡਿਸਟੈਂਸ ਦਾ ਖਿਆਲ ਨਹੀਂ ਰੱਖਿਆ ਗਿਆ। ਇਸੇ ਤਰ੍ਹਾਂ ਹੀ ਦਿੱਲੀ ਆ ਕੇ ਫਿਰ ਪਹਿਲਾਂ ਉਹਨਾਂ ਨੂੰ ਕਿਹਾ ਗਿਆ ਸੀ ਤੁਹਾਨੂੰ ਫੂਡ ਨਹੀਂ ਦੇਣਾ ਗਾ, ਅਸੀਂ ਤੁਹਾਨੂੰ ਬਲੈਂਕਟ ਨਹੀਂ ਦੇਣਾ ਗਾ, ਪਰ ਏਅਰ ਇੰਡੀਆ ਦਾ ਕੰਮ ਬਹੁਤ ਵਧੀਆ ਰਿਹਾ, ਉਹਨਾਂ ਨੇ ਵਧੀਆ ਕੰਮ ਦਿੱਤਾ, ਉਹਨਾਂ ਨੇ ਕਾਫੀ ਅਹਿਤਿਆਤ ਵਰਤਦੇ। ਪਰ ਜਦੋਂ ਲੰਡਨ ਤੋਂ ਆ ਕੇ ਲੋਕ ਇੱਥੇ ਆਏ ਨੇ ਉੱਥੇ ਹੋਰ ਲੋਕਾਂ ਨੂੰ ਫਿਰ ਖੱਜਲ ਖੁਆਰੀ ਹੋਈ ਹੈ। ਸੋ ਇਹ ਕੁੱਲ ਮਿਲਾ ਕੇ ਦੇਖੋ ਹੁਣ ਇਸ ਸਮੇਂ ਲਗਭਗ 40,000 ਪਲੱਸ ਲੋਕ ਇੰਡੀਆ ਦੇ ਵਿੱਚ ਨੇ ਔਰ 20,000 ਦੇ ਕਰੀਬ ਇਕੱਲੇ ਪੰਜਾਬ ਦੇ ਵਿੱਚ ਨੇ, ਔਰ ਉਹਦੇ 'ਚ ਜਿਹੜੀਆਂ ਪ੍ਰਾਇਓਰਟੀਆਂ ਵੀ ਰੱਖੀਆਂ ਗਈਆਂ ਨੇ ਕਿ ਮੈਡੀਕਲ ਵਾਲੇ ਪਹਿਲਾਂ ਹੋਣਗੇ ਅਤੇ ਫਿਰ ਸਿਟੀਜਨ ਜਿਹੜੇ ਹੋਣਗੇ, PR ਬਾਅਦ ਦੇ ਵਿੱਚ ਹੋਣਗੇ। ਸਾਡੇ ਪ੍ਰਧਾਨ ਮੰਤਰੀ ਸਾਹਿਬ ਹੋਣਾ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ, PM ਬਣਨ ਤੋਂ ਪਹਿਲਾਂ ਇੱਕ ਗੱਲ ਬੜੇ ਜ਼ੋਰ ਦੇ ਨਾਲ ਕਹੀ ਸੀ, ਅ ਕਨੇਡੀਅਨ ਇਜ਼ ਅ ਕਨੇਡੀਅਨ ਇਜ਼ ਅ ਕਨੇਡੀਅਨ। ਅਤੇ ਹੁਣ ਜਿਹੜੇ PR ਨੇ ਉਹਨਾਂ ਨੂੰ ਪਿੱਛੇ ਰੱਖ ਦਿੱਤਾ, ਭਾਵੇਂ ਉਹਨਾਂ ਨੂੰ ਕੋਈ ਸਮੱਸਿਆ ਜਾਂ ਨਹੀਂ ਸਮੱਸਿਆ ਜਾਂ ਉਹਨਾਂ ਦਾ ਕਿੰਨਾ ਨੁਕਸਾਨ ਹੁੰਦਾ ਜਾਂ ਨਹੀਂ ਹੁੰਦਾ। ਦੂਜੀ ਜਿਹੜੀ ਵੱਡੀ ਮੁਸ਼ਕਲ ਇਸ ਇਹਨਾਂ ਲੋਕਾਂ ਨੂੰ ਕੱਢਣ ਦੀ ਉੱਥੋਂ ਪੰਜਾਬ ਤੋਂ ਭਾਰਤ ਤੋਂ ਕੱਢਣ ਦੀ ਆ ਰਹੀ ਹੈ ਕਿ ਤੁਹਾਡੇ ਹੀ ਇੱਥੋਂ ਵੈਨਕੂਵਰ ਤੋਂ 4 ਲੋਕ ਕੈਨੇਡੀਅਨ ਜੁੜੇ ਹੋਏ ਨੇ, ਪਲੱਸ ਇੰਡੀਆ ਤੋਂ ਇੱਕ ਸ਼ਖਸ ਹੈ ਜਿਹੜੇ ਇਸ ਸਮੇਂ ਪੂਰੀ ਕੋਸ਼ਿਸ਼ ਦੇ ਵਿੱਚ ਨੇ ਕਿ ਅਸੀਂ ਆਪਣੇ ਤੌਰ ਦੇ ਉੱਤੇ ਚਾਰਟਰ ਫਲਾਈਟ ਕਰੀਏ। ਜਿਹੜੇ ਉਹਨਾਂ ਨੇ ਖਰਚਾ ਕੈਲਕੂਲੇਟ ਕੀਤਾ, ਉਹਨਾਂ ਦਾ ਖਰਚਾ ਸਿਰਫ $2,000 ਪਰ ਪਰਸਨ ਆਉਂਦਾ, ਜਿਹੜੇ ਵੀ ਉਹ ਪੰਜਾਬ ਤੋਂ ਲੈ ਕੇ ਇੱਥੇ ਕੈਨੇਡਾ ਟੋਰਾਂਟੋ ਵੈਨਕੂਵਰ ਕੈਲਗਰੀ ਤੱਕ ਲੋਕਾਂ ਨੂੰ ਪਹੁੰਚਾਉਣ ਦਾ, ਪਲੱਸ $2,000 ਦਾ ਉਹਨਾਂ ਦਾ ਖਰਚਾ ਆਉਂਦਾ। ਪਰ ਸਮੱਸਿਆ ਇਹ ਹੈ ਕਿ ਉਹਨਾਂ ਨੂੰ ਇਸ ਸਮੇਂ ਜਿਹੜੀ ਗਵਰਨਮੈਂਟ ਆ ਹਾਲੇ ਅਲਾਓ ਨਹੀਂ ਕਰਦੀ। ਅੱਜ ਸਵੇਰ ਦੀ ਜਿਹੜੀ ਉਹਨਾਂ ਦੀ ਅਪਡੇਟ ਸੀ ਕਿ ਸਾਡਾ ਪੇਪਰ ਵਰਕ, ਮੈਜੋਰਟੀ ਪੇਪਰ ਵਰਕ ਡਨ ਹੋ ਗਿਆ ਅਤੇ ਅਸੀਂ ਬੜੀ ਜਲਦੀ ਆਪਣੇ ਤੌਰ 'ਤੇ ਫਲਾਈਟਾਂ ਜਿਹੜੀਆਂ ਸ਼ੁਰੂ ਕਰ ਦਾਂਗੇ। ਜੇ ਇਹ ਕੰਮ ਹੋ ਜਾਂਦਾ ਤਾਂ ਮੈਂ ਇਹਨੂੰ ਕਹਾਂਗਾ ਕਿ ਜਿਸ ਤਰ੍ਹਾਂ ਬਾਬਾ ਗੁਰਦਿੱਤ ਸਿੰਘ ਨੇ ਅੱਜ ਤੋਂ 100 ਸਾਲ ਪਹਿਲਾਂ ਕਾਮਾਗਾਟਾ ਮਾਰੂ ਲੈ ਕੇ ਆਉਂਦਾ ਸੀਗਾ, ਉਵੇਂ ਇੱਕ ਵਾਰ ਫਿਰ ਪੰਜਾਬੀਆਂ ਦਾ ਨਾਂ ਇਤਿਹਾਸ ਦੇ ਵਿੱਚ ਆਵੇਗਾ ਕਿ ਜਦੋਂ ਪੰਜਾਬੀ ਆਪਣੇ ਉੱਥੇ ਦੇਸ਼ ਦੇ ਵਿੱਚ ਸਟਕ ਹੋਏ ਤਾਂ ਉਹਨਾਂ ਨੇ ਆਪਣੇ ਸਿੱਧੇ ਜਹਾਜ਼ ਕਰਕੇ ਲੈ ਕੇ ਆਉਂਦੇ। ਸੋ ਜਿਹੜੇ ਦੂਸਰਾ ਗਵਰਨਮੈਂਟ ਨੇ ਕੰਟਰੈਕਟ ਦਿੱਤਾ ਹੋਇਆ ਉਹ ਸਿਰਫ ਪ੍ਰੋਫਿਟ ਵੇਸਟ ਹੈ, ਇਹ ਸਾਰਾ ਵਲੰਟੀਅਰ ਵੇਸਟ ਉੱਤੇ ਕੰਮ ਜਿਹੜਾ ਹੋ ਰਿਹਾ ਵਾ। ਔਰ ਇਹਦੇ 'ਤੇ ਮੈਨੂੰ ਹੈਰਾਨੀ ਵੀ ਹੁੰਦੀ ਆ ਕਿ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਉਹ ਕਈ ਥਾਂ ਦੇ ਉੱਤੇ ਡਬਲ ਫੇਸ ਗੇਮ ਖੇਡ ਰਹੇ ਨੇ। ਮੈਨੂੰ ਇਹ ਵੀ ਥੋੜ੍ਹੀ ਭਿਣਕ ਪੈ ਰਹੀ ਹੈ ਕਿ ਯੈਸ ਗਵਰਨਮੈਂਟ ਨੇ ਜਿਹੜਾ ਪਹਿਲਾਂ ਤੱਤ 38 ਦੇ ਵਿੱਚ ਐਗਰੀਮੈਂਟ ਕਰ ਦਿੱਤਾ, ਦੂਸਰਾ ਕੰਟਰੈਕਟ ਦੇ ਦਿੱਤਾ ਦੂਸਰੇ ਕੰਪਨੀ ਨੂੰ, ਉਹ ਤੋਂ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਲੀਗਲ ਕਨਫਲਿਕਟ ਤੋਂ ਬਚਣ ਦੀ ਵੀ ਉਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ। ਪਰ ਓਵਰਆਲ ਜੇ ਤੁਸੀਂ ਇਸ ਵਿਸ਼ੇ ਦੇ ਉੱਤੇ ਮੈਂ ਕਹਾਂ, ਮੈਂ ਇਹ ਜ਼ਰੂਰ ਕਹੂੰਗਾ ਕਿ ਯੈਸ ਗਵਰਨਮੈਂਟ ਫੇਲ ਟੂ ਬ੍ਰਿੰਗ ਬੈਕ ਦ ਸਟੈਂਡਰਡ ਕੈਨੇਡੀਅਨ ਫਰੋਮ ਫੋਰਨ ਕੰਟਰੀਜ਼। ਬਹੁਤ ਧੰਨਵਾਦ ਗਰੇਵਾਲ ਸਾਹਿਬ। ਸਾਡਾ ਟਾਈਮ ਲਗਭਗ ਹੁਣ ਸਮਾਪਤ ਹੈ ਤੇ ਜਾਂਦੇ ਜਾਂਦੇ ਕੀ ਮੈਸੇਜ ਕੀ ਦੇਣਾ ਚਾਹੋਗੇ ਸਾਡੀ ਕਮਿਊਨਿਟੀ ਨੂੰ ਜਾਂ ਸਾਡੀ ਗਵਰਨਮੈਂਟ ਨੂੰ? ਬਸ ਕਮਿਊਨਿਟੀ ਦਾ ਮੈਸੇਜ ਇਹ ਹੈ ਕਿ ਅਸੀਂ ਸਦਾ ਹੀ ਗੱਲਾਂ ਕਰਦੇ ਰਹੇ ਹਾਂ ਕਿ ਨੇੜਤਾ ਰੱਖੋ, ਲੋਕਾਂ ਨੂੰ ਮਿਲੋ ਗਿਲੋ, ਆਪਣਾ ਸਹਿਚਾਰ ਵਧਾਵੋ, ਤੇ ਇਹਦੇ ਨਾਲ ਹੀ ਸਟਰੋਂਗ ਸਮਾਜ ਆ ਜਿਹੜਾ ਉਹ ਸਿਰਜਿਆ ਜਾਂਦਾ। ਪਰ ਹੁਣ ਸਾਡਾ ਇਹੀ ਸੰਦੇਸ਼ ਰਹਿੰਦਾ ਕਿ ਭਾਈ ਜਿੰਨੀਆਂ ਦੂਰੀਆਂ ਬਣਾ ਕੇ ਰੱਖੋਗੇ ਓਨੇ ਬਚੇ ਰਹੋਗੇ। ਸੋ ਜਿਹੜੇ ਅਸੀਂ ਕਹਿੰਦੇ ਸੀਗੇ ਕਿ ਮਿਲ ਗਿਲ ਕੇ ਸਮਾਂ ਲੰਘਾ ਲਓ, ਹੁਣ ਅਸੀਂ ਕਹਿੰਦੇ ਹਾਂ ਵੀ ਦੂਰੀਆਂ ਰੱਖ ਕੇ ਸਮਾਂ ਲੰਘਾ ਲਓ ਆਪਣਾ, ਤੇ ਇਹਦੇ ਵਿੱਚ ਹੀ ਦੂਰ ਰਹਿਣ ਦੇ ਵਿੱਚ ਹੀ ਤੁਹਾਡਾ ਬਚਾਓ ਹੈ। ਬਾਕੀ ਸਰਕਾਰ ਆਪਣੇ ਤੌਰ ਦੇ ਉੱਤੇ ਕਈ ਪਾਲਿਸੀਆਂ ਚੰਗਾ ਕੰਮ ਵੀ ਕਰ ਰਹੀ ਹੈ, ਕਈਆਂ ਪਾਲਿਸੀਆਂ ਦੇ ਵਿੱਚ ਥੋੜ੍ਹਾ ਫਲਾਅ ਵੀ ਹੈ, ਇੰਨੀ ਛੇਤੀ ਬਣ ਸਾਰੀਆਂ ਪਾਲਿਸੀਆਂ ਬਣਨੀਆਂ ਵੀ ਸੰਭਵ ਨੇ। ਪਰ ਜਿੱਥੇ ਕਿਤੇ ਜੇ ਕੋਈ ਉਹਨਾਂ ਦੇ ਨੋਟਿਸ ਦੇ ਵਿੱਚ ਕੋਈ ਫਲਾਅ ਧਿਆਨ ਦੇ ਵਿੱਚ ਲੈ ਕੇ ਆਉਂਦਾ ਕਿ ਤੁਹਾਡੀ ਇਹ ਪਾਲਿਸੀ ਦੇ ਵਿੱਚ ਇੱਥੇ ਲੂਪਹੋਲ ਹੈ, ਉਹਦੇ 'ਤੇ ਜ਼ਰੂਰ ਕੰਮ ਕਰਨਾ ਚਾਹੀਦਾ ਹੈ। ਖਾਸ ਤੌਰ ਦੇ ਉੱਤੇ ਇਸ ਇਸ਼ੂ ਦੇ ਉੱਤੇ ਵੀ ਕਾਫੀ ਲੋਕਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਟੈਂਪਰੇਰੀ ਵਰਕਰਸ ਨੇ ਸਟੱਡੀ ਪਰਮਿਟਸ ਦੇ ਉੱਤੇ ਜਾਂ ਟੈਂਪਰੇਰੀ ਵਰਕਰਸ ਦੁਨੀਆ ਭਰ ਤੋਂ ਇੱਥੋਂ ਆਏ ਨੇ, ਜਿਨ੍ਹਾਂ ਦੀ ਗਿਣਤੀ ਇਸ ਸਮੇਂ ਸਾਢੇ ਕੁ ਛੇ ਲੱਖ ਦੇ ਕਰੀਬ ਹੈ ਟੈਂਪਰੇਰੀ ਦੇ ਉੱਤੇ, ਜਿਨ੍ਹਾਂ ਨੂੰ $1,100-1,300 ਪਰ ਮੰਥ ਕਮਾਉਂਦੇ ਸੀਗੇ ਕਿ ਉਹਨਾਂ ਨੂੰ $2,000 ਦੇਣ ਦੀ ਕਿਉਂ ਜ਼ਰੂਰਤ ਸੀ? ਕਿਉਂਕਿ ਉਹ ਆਪਣੇ ਸ਼ਹਿਰ ਕੈਨੇਡੀਅਨ ਨਹੀਂ ਹੈ, ਨਾ ਹੀ PR ਨੇ, ਸਿਰਫ ਇੱਥੇ ਟੈਂਪਰੇਰੀ ਪਰਮਿਟ ਦੇ ਉੱਤੇ ਆਏ ਨੇ। ਇੱਥੇ ਜਿਹੜੇ ਸਰਕਾਰ ਦੇ ਚਹੇਤੇ ਲੋਕ ਨੇ ਉਹ ਕਹਿ ਦਿੰਦੇ ਨੇ ਦੇਖੋ ਕੈਨੇਡਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਵੀ ਜੇ ਕੈਨੇਡਾ ਇੱਥੇ ਵਿਤਕਰਾ ਨਹੀਂ ਕਰਦਾ ਤਾਂ ਫਿਰ ਪੰਜਾਬ 'ਚ ਫਸੇ ਇਹ ਕਾਹਤੇ ਕਹਿੰਦੇ ਆ ਪਹਿਲਾਂ ਅਸੀਂ PR ਕੱਢ ਸਿਟੀਜਨ ਕੱਢਣੇ ਆ ਬਾਅਦ 'ਚ PR ਕੱਢਣੇ ਆ, ਉੱਥੇ ਵਿਤਕਰਾ ਕਿਉਂ ਕਰਦੇ ਨੇ? ਸੋ ਇਹ ਜਿਹੜੇ ਇਹ ਵੱਡੀ ਜੋਬ ਆ ਇਹਨੇ ਲੋਕਾਂ ਨੂੰ ਬਾਹਰ ਕੱਢਣਾ,
ਔਰ ਇਹਦੇ ਲਈ ਸਰਕਾਰ ਨੂੰ ਜੇ ਲੋਕ ਹੈਲਪ ਕਰਨ ਦੇ ਲਈ ਅੱਗੇ ਆ ਰਹੇ ਨੇ, ਵਲੰਟੀਅਰ ਤੌਰ ਦੇ ਉੱਤੇ ਆਪਣੀ ਸਰਵਿਸ ਪ੍ਰੋਵਾਈਡ ਕਰ ਰਹੇ ਨੇ, ਤਾਂ ਉਹ ਲੈ ਲੈਣੀ ਚਾਹੀਦੀ ਆ। ਔਰ ਸਾਡੇ ਪੋਲੀਟੀਸ਼ੀਅਨ ਨੇ ਜਿਹੜੇ ਖਾਸ ਤੌਰ ਦੇ ਉੱਤੇ ਪੰਜਾਬੀ, ਉਹਨਾਂ ਨੂੰ ਅੱਗੇ ਜਾ ਕੇ ਸਰਕਾਰ ਦੇ ਸਾਹਮਣੇ ਗੇਟ ਕੀਪਰ ਨਹੀਂ ਬਣਨ ਦੀ ਜ਼ਰੂਰਤ, ਉਹਨਾਂ ਨੂੰ ਸਗੋਂ ਸਾਡੀ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਔਰ ਵੱਡੀ ਜਿਹੜੀ ਗੱਲ ਇਹ ਆਈ ਹੈ ਜਿਹਦੇ ਉੱਤੇ ਮੈਂ ਇਸ ਸਮੇਂ ਆਪਣੀ ਲੀਡ ਸਟੋਰੀ ਕਰ ਰਿਹਾ ਆਪਣੇ ਰੇਡੀਓ ਦੇ ਲਈ, ਆਪਣੇ ਅਖਬਾਰ ਦੇ ਲਈ, ਕਿ ਜਨਵਰੀ 25 ਦੇ ਵਿੱਚ ਕੰਜ਼ਰਵੇਟਿਵ, ਜਨਵਰੀ ਦੇ ਐਂਡ ਦੇ ਉੱਤੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਸੀ ਕਰੋਨਾ ਵਾਇਰਸ ਦੇ ਬਾਰੇ 'ਚ ਫਸਟ ਟਾਈਮ। ਉਸ ਤੋਂ ਬਾਅਦ ਹੈਲਥ ਕਮੇਟੀ ਦੀਆਂ ਮੀਟਿੰਗਾਂ ਹੋਈਆਂ, ਉਹਦੇ ਵਿੱਚ ਉਹਨਾਂ ਨੇ ਆਵਾਜ਼ ਉਠਾਈ, ਤਾਂ ਇਹ ਕਿਹਾ ਉਹਨਾਂ ਨੂੰ ਇਹੀ ਕਿਹਾ ਨਹੀਂ ਅਸੀਂ ਰੈਡੀ ਹਾਂ, ਨਹੀਂ ਰੈਡੀ ਹਾਂ, ਉਹਨਾਂ ਨੂੰ ਸਾਰਾ ਕੁਛ ਇਗਨੋਰ ਕਰਕੇ ਮਾਰਚ ਦੇ ਵਿੱਚ ਜਾ ਕੇ ਜਿਹੜੀ ਸਾਡੀ ਸਰਕਾਰ ਦੇ ਕੰਨ ਦੇ ਉੱਤੇ ਜੂਝ ਸਕਦੀ ਹੈ। ਜੇ ਸਰਕਾਰ ਇਹ ਪਹਿਲਾਂ ਐਕਸ਼ਨ ਲੈ ਲੈਂਦੀ ਤਾਂ ਅੱਜ ਇਸ ਲੈਵਲ ਦੇ ਉੱਤੇ ਨਹੀਂ ਹੋਣਾ ਚਾਹੀਦਾ ਪਹੁੰਚਣਾ ਸੀਗਾ। ਅੱਜ ਜਿਹੜੇ ਇਸ ਸਮੇਂ ਜਿੰਨੇ ਸਾਡੇ ਕੋਲ ਇਕੁਪਮੈਂਟ ਦੀ ਘਾਟ ਆ, ਜੇ ਅਸੀਂ ਜਨਵਰੀ ਜਾਂ ਜਦੋਂ ਦਾ WHO ਨੇ ਸਰਕਾਰ ਨੂੰ ਆਗਾਹ ਕਰਨਾ ਸ਼ੁਰੂ ਕਰ ਦਿੱਤਾ ਸੀ ਉਦੋਂ ਤੋਂ ਹੀ ਐਕਸ਼ਨ ਲਿਆ ਜਾਂਦਾ, ਤਾਂ ਅੱਜ ਅਸੀਂ ਇਸ ਸਥਿਤੀ ਦੇ ਉੱਤੇ ਨਹੀਂ ਪਹੁੰਚਣਾ ਸੀ। ਪਰ ਫਿਰ ਵੀ ਮੈਂ ਕਹਾਂਗਾ ਇਸ COVID-19 ਦੀ ਲੜਾਈ ਦੇ ਵਿੱਚ ਅਸੀਂ ਸਾਰੇ ਇਕੱਠੇ ਹਾਂ, ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਮਹਾਂਮਾਰੀ ਦੇ ਪ੍ਰਕੋਪ ਦੇ ਵਿੱਚੋਂ ਨਿਕਲਣਾ। ਬਹੁਤ ਧੰਨਵਾਦ ਜੀ। ਜੀ ਅਰਸ਼ਦੀਪ। ਬਿਲਕੁਲ ਜੀ, ਧੰਨਵਾਦ ਜੀ ਜਗਦੀਸ਼ ਜੀ ਨੇ ਜੋ ਕੁਛ ਵੀ ਦੱਸਿਆ ਹੈਗਾ ਆ, ਸੋ ਬਹੁਤ ਵਧੀਆ ਤਰ੍ਹਾਂ ਐਕਸਪਲੇਨ ਕੀਤਾ ਆ। ਚਮਕੌਰ ਜੀ ਤੁਹਾਡਾ ਵੀ ਧੰਨਵਾਦ। ਸੋ ਇਹਨਾਂ ਦੀ ਗੱਲ ਨਾਲ ਮੈਂ ਇੱਕ ਹੋਰ ਗੱਲ ਐਡ ਕਰ ਦਵਾਂ ਕਿ $2000 ਦਾ ਇੱਕ ਕੁਐਸਚਨ ਜਿਹੜਾ ਆਉਂਦਾ ਸੀਗਾ ਕਿ ਜਿਹੜੇ ਇੰਡੀਆ 'ਚ ਬੈਠੇ ਲੋਕ ਨੇ ਉਹ $2000 ਲਈ ਅਪਲਾਈ ਕਰ ਸਕਦੇ ਆ। ਜੀ ਹਾਂ, ਬਿਲਕੁਲ ਉਹ ਅਪਲਾਈ ਕਰ ਸਕਦੇ ਆ, ਪਰ ਉਹਨਾਂ ਨੂੰ ਦੱਸਣਾ ਪੈਣਾ ਕਿ ਸਾਡੀ ਜਿਹੜੀ ਜੋਬ ਹੈਗੀ ਅਸੀਂ ਇੱਥੇ ਆ ਕੇ ਅਪਲਾਈ ਕਰਨੀ ਸੀ, ਪਰ ਜੋ COVID-19 ਦੇ ਕਰਕੇ ਅਸੀਂ ਨਹੀਂ ਆ ਸਕੇ, ਜਹਾਜ਼ ਸਾਨੂੰ ਫਲਾਈਟ ਨਹੀਂ ਮਿਲ ਸਕਦੀ, ਸੋ ਸਾਰੀਆਂ ਗਾਈਡਲਾਈਨਸ ਪੂਰੀਆਂ ਕਰਕੇ ਉਹ ਵੀ $2000 ਲਈ ਅਪਲਾਈ ਕਰ ਸਕਦੇ ਆ ਉੱਥੇ ਬੈਠ ਕੇ, ਤਾਂ ਕਿ ਉਹਨਾਂ ਦੀਆਂ ਜੋ ਕਿਸ਼ਤਾਂ ਨੇ ਜਾਂ ਜੋ ਵੀ ਇੱਥੇ ਉਹਨਾਂ ਦੇ ਖਰਚੇ ਨੇ ਉਹ ਚੱਲ ਸਕਣ। ਸੋ ਥੈਂਕ ਯੂ ਸੋ ਮਚ ਵਾਂਸ ਅਗੇਨ ਤੁਹਾਡਾ ਦੋਨਾਂ ਦਾ, ਤੇ ਟਾਈਮ ਟੂ ਟਾਈਮ ਤੁਹਾਡੇ ਨਾਲ ਫਿਰ ਅਸੀਂ ਜੁੜਦੇ ਰਹਾਂਗੇ ਤਾਂ ਕਿ ਅਸੀਂ ਜਾਣਕਾਰੀ ਲੈ ਸਕੀਏ ਓਨਟੇਰੀਓ ਦੀ, ਟੋਰਾਂਟੋ ਦੀ, ਕਿ ਉੱਥੇ ਕੀ ਹੋ ਰਿਹਾ ਆ। ਧੰਨਵਾਦ, ਧੰਨਵਾਦ। ਸੋ ਅਸੀਂ ਅੱਜ ਗੱਲਬਾਤ ਕੀਤੀ ਮਿਸਟਰ ਜਗਦੀਸ਼ ਗਰੇਵਾਲ ਦੇ ਨਾਲ, ਤੇ ਨਾਲ ਹੀ ਸਾਡੇ ਨਾਲ ਸਾਡੇ ਟੋਰਾਂਟੋ ਤੋਂ ਜਰਨਲਿਸਟ ਚਮਕੌਰ ਸਿੰਘ ਮਾਛੀਕੇ ਵੀ ਸਨ, ਤੇ ਅਸੀਂ ਸਾਰਿਆਂ ਦੇ ਸਾਹਮਣੇ ਇਹੀ ਅਪੀਲ ਕਰਦੇ ਹਾਂ ਕਿ COVID-19 ਦੇ ਕਰਕੇ ਸਮਾਜਿਕ ਦੂਰੀਆਂ ਬਣਾ ਕੇ ਰੱਖੋ, ਸਰਕਾਰ ਦੀਆਂ ਗਾਈਡਲਾਈਨਸ ਨੂੰ ਫੋਲੋ ਕਰੋ, ਤੇ ਇੱਦਾਂ ਹੀ ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।